चर्चा। सत श्री अकाल दोस्तों, मैं दर्शन सिंह दर्शक चर्चा प्रोग्राम लेके हाजिर हां। ज्यो ज्यो समाज तरक्की कर रहा है त्यों त्यों साडे रिश्ते भी नवी दिशा लेंदे नजर आ रहे ने। अज दी जेकर गल करदे हां तां इहदे विच असीं इह देख रहे हां कि साडे परिवार कट्ठे नहीं बैठते, अलग अलग कमरों के बैठे होंगे ने, हर एक अपने अपने मोबाइल से रुझा होंगे या अपने यार दोस्तों के नाल गलबात कर रहा होंगे ते सारे ही अलग थलग पे होंगे ने। इस तरीके दे नाल जेकर असी 30-40 साल पहले की गल करते हैं उदों हालात कुछ होर सीगे, उस तो पहला दे हालात कुछ होर ने। इस तरीके दे नाल अज जिस तरीके दे नाल तकनोलॉजी सामने आ रही है, उस तकनोलॉजी ने मनुख नूं सुख सहूलतां तां दित्तियां पर नाल नाल जो साडा समाजिक रिश्ता सीगा उह तिड़कदा नजर आ रहा है। इस रिश्ते दे तिड़कण दे नाल इस गल करके भी ज्यादा दुख हुंदा है क्योंकि परिवार छोटे हो गए ने। छोटे परिवारां दे विच जदों लोग अलग थलग बैठे होंगे ने जां अलग अलग होके बैठते ने तां उहदे नाल होर भी ज्यादा सानू समस्यावां दा सामना करना पै रहा है। अज जिहड़ियां नैतिक कदरां कीमतां विच निघार आया है उस बारे आपां गलबात कर रहे हां, चर्चा कर रहे हां। चर्चा करन लई साडे विच मौजूद ने प्रोफैसर भीमेंद्र सिंह जो पंजाबी यूनिवर्सिटी तों ने। इसे तरीके दे नाल साडे विच प्रिंसीपल केवल सिंह रतड़ा जिहड़े कि प्रिंसीपल रहे ने, बच्चों नूं उन्होंने पढ़ाया भी है, नैतिक कदरां कीमतां भी सिखाईयां ने। ते डॉक्टर भगवंत सिंह जो साबका अधिकारी ने भाषा विभाग तो उह रिटायर होए ने। इसे तरीके दे नाल एडवोकेट प्रितपाल सिंह भंडारी साडे विच मौजूद ने जो कि पेशे तो प्रिंसीपल भी रहे ने, बच्चों नूं 30-40 साल तक यह पढ़ाते भी रहे ने, उन्हां नूं कदरां कीमतां समझाउंदे भी रहे ने ते उदों तों लैके हुण तक इन्हां ने की कुछ समझिया, असीं सारिआं ने की कुछ समझिया, इस संबंध बारे इस दे विच असीं चर्चा कर रहे हां। रतड़ा साहब आप पहला तुहाडे कोल आउंदे हां, तुसीं पहला मैनूं इह दस्सो कि जिहड़ा समाज है इह तरक्की तां कर रिहा है पर जिहड़ियां नैतिक कदरां कीमतां विच निघार रहे आ ओहदे बारे तुहाडा की विचार है? ਸ਼ਿਵ ਸਾਹਿਬ ਤੇ ਸਾਥੀਓ, ਅੱਜ ਬਹੁਤ ਹੀ ਗੈਰ ਗੰਭੀਰ ਵਿਸ਼ਾ ਹੈ ਸਮਾਜਿਕ ਰਿਸ਼ਤਿਆਂ ਦੇ ਬਾਰੇ ਚ, ਜਿੱਥੋਂ ਅਸੀਂ ਬਹੁਤ ਜ਼ਿਆਦਾ ਦੁਖੀ ਵੀ ਮਹਿਸੂਸ ਕਰਦੇ ਹਾਂ ਪਰ ਅਸੀਂ ਫਿਲਹਾਲ ਕੁਝ ਕਰ ਨਹੀਂ ਸਕਦੇ। ਇਸੇ ਕਰਕੇ ਇੱਕ ਦਵੰਦ ਹੈ, ਦੋ ਚਿੱਤੀ ਹੈ ਉਹਦੇ। ਮੇਰੇ ਹਿਸਾਬ ਦੇ ਨਾਲ ਜੋ ਜੋ ਮੈਨੂੰ ਮਹਿਸੂਸ ਹੋ ਰਿਹਾ ਉਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਿਛਲੇ ਕੋਈ 20-25 ਸਾਲਾਂ ਤੋਂ ਜੋ ਸਮਾਜਿਕ ਬਦਲਾਵ ਆ ਰਿਹਾ ਉਹ ਸਾਡੇ ਤਕਨੀਕੀ ਵਿਕਾਸ ਤੋਂ ਪਿੱਛੇ ਰਹਿ ਗਿਆ। ਤਕਨੀਕ ਨੇ ਬਹੁਤ ਜ਼ਿਆਦਾ ਵਿਕਾਸ ਕਰ ਲਿਆ, ਸਾਡੇ ਪ੍ਰਵਾਸ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਗਰੋਥ ਹੋਇਆ, ਵਾਧਾ ਹੋਇਆ ਔਰ ਤਕਨੀਕ ਦੇ ਆਉਣ ਦੇ ਨਾਲ ਸਾਡੇ ਬੱਚਿਆਂ ਦੀਆਂ ਸਾਡੇ ਪਰਿਵਾਰਾਂ ਦੇ ਵਿੱਚ ਜਿਹੜੀ ਟੁੱਟ ਭੱਜ ਹੋਈ ਹੈ ਉਹ ਉਹਦੇ ਨਾਲ ਸਾਡੇ ਸਮਾਜ ਦੇ ਵਿੱਚ ਸਮੁੱਚੇ ਤੌਰ ਤੇ ਜਿਹੜਾ ਬਦਲਾਵ ਆਉਣਾ ਸੀ ਜਾਂ ਜਿਹੜੇ ਸਾਡੇ ਪੱਕੀਆਂ ਜਿਹੜੀਆਂ ਸਾਡੀਆਂ ਰਸਮਾਂ ਰਿਵਾਜ ਜਾਂ ਸਾਡੀਆਂ ਮਾਨਤਾਵਾਂ ਹੈਗੀਆਂ ਉਹਨਾਂ ਨੂੰ ਜਿਹੜਾ ਸਭ ਤੋਂ ਵੱਡਾ ਧੱਕਾ ਲੱਗਿਆ ਉਹਦੇ ਤੋਂ ਸਾਡੇ ਸਮਾਜ ਨੂੰ ਸੰਭਲਣ ਦੀ ਤੇ ਉਹਦੇ ਮੁਤਾਬਕ ਆਪਣੇ ਆਪ ਨੂੰ ਇਹ ਮਸਲੇ ਸੁਲਝਾਉਣ ਦੀ ਕੋਈ ਉਹਨਾਂ ਨੂੰ ਜਿਹੜੀ ਹੈਗੀ ਆ ਕੋਈ ਅਗਲੇ ਪਾਸੇ ਉਹਨਾਂ ਨੂੰ ਰਸਤਾ ਨਹੀਂ ਹੈ ਮਿਲ ਰਿਹਾ ਔਰ ਇਸੇ ਕਰਕੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੋ ਰਹੀਆਂ ਜਿਹੜੀਆਂ ਸਮਾਜ ਦੇ ਬੁੱਧੀਜੀਵੀਆਂ ਨੂੰ ਜਾਂ ਪੁਰਾਣੀ ਜਿਹੜੀ ਸਾਡੀ ਪੀੜ੍ਹੀ ਹੈ ਉਹਨਾਂ ਨੂੰ ਅਣਹੋਣੀ ਜਿਹੜੀਆਂ ਲੱਗਦੀਆਂ। ਹੁਣ ਆਪਾਂ ਜੇ ਦੇਖੀਏ ਜੇ ਰਿਸ਼ਤਿਆਂ ਦੀ ਗੱਲ ਹੈ ਤੇ ਪੁਰਾਣੇ ਰਿਸ਼ਤਿਆਂ ਦੇ ਵਿੱਚ ਕੀ ਹੁੰਦਾ ਸੀਗਾ, ਇੱਕ ਸਤਿਕਾਰ ਦਾ ਜਿਹੜਾ ਲਫ਼ਜ਼ ਹੈ ਇਹ ਬੜਾ ਮਤਲਬ ਪ੍ਰਭਾਵੀ ਹੁੰਦਾ ਸੀ ਕਿ ਘਰ ਦੇ ਵਿੱਚ ਜਿਹੜੇ ਵੱਡੇ ਬਜ਼ੁਰਗ ਨੇ, ਦਾਦਾ ਦਾਦੀ ਨੇ, ਨਾਨਾ ਨਾਨੀ ਨੇ, ਹਰ ਗੱਲ ਉਹਨਾਂ ਕੋਲੋਂ ਪੁੱਛ ਕੇ ਹੁੰਦੀ ਸੀ, ਉਹ ਹੈਡ ਆਫ ਦਾ ਫੈਮਿਲੀ ਹੁੰਦੇ ਸੀਗੇ। ਹੁਣ ਉਹ ਸਭ ਤੋਂ ਜ਼ਿਆਦਾ ਅੱਜ ਕੱਲ ਦੇ ਸਿਸਟਮ ਦੇ ਵਿੱਚ ਜਿਹੜੇ ਹੈਗੇ ਦੁਖੀ ਮਹਿਸੂਸ ਕਰਦੇ ਆ ਕਿ ਨਾ ਕੋਈ ਸਾਨੂੰ ਪੁੱਛਦਾ ਔਰ ਅਸੀਂ
ਰਿਸ਼ਤਿਆਂ ਦੇ ਮਾਮਲਿਆਂ ਦੇ ਵਿੱਚ ਬਹੁਤ ਜ਼ਿਆਦਾ ਅਸੀਂ ਅਨਪੜ੍ਹ ਜਿਹਾ ਹੋ ਗਏ ਆ। ਸਾਡੇ ਬੱਚੇ ਨਵੇਂ ਜਿਹੜੇ ਹੈਗੇ ਆ ਉਹ ਮੋਬਾਈਲ ਦੇ ਰਾਹੀਂ ਦੁਨੀਆ ਦੇ ਨਾਲ ਜੁੜ ਗਏ ਹੈਗੇ ਆ। ਦੁਨੀਆ ਨਾਲ ਜੁੜਨ ਦੇ ਨਾਲ ਕੀ ਹੋਇਆ ਜੀ ਦਰਸ਼ਕ ਸਾਹਿਬ ਕਿ ਸਾਡੇ ਤੇ ਪੱਛਮੀ ਸਭਿਅਤਾ ਦਾ ਅਸਰ ਹੋਣਾ ਸ਼ੁਰੂ ਹੋ ਗਿਆ। ਹੁਣ ਸਾਡੇ ਸਮਾਜ ਨੂੰ ਇਹ ਇੱਕ ਸਾਵਾਪਨ ਜਾਂ ਬੈਲੈਂਸ ਬਣਾਉਣਾ ਬੜਾ ਮੁਸ਼ਕਲ ਹੋ ਰਿਹਾ ਕਿ ਇੱਕ ਪਾਸੇ ਅਸੀਂ ਬੱਚੇ ਪ੍ਰਵਾਸੀ ਜਿਹੜਾ ਕਰ ਰਹੇ ਹੈਗੇ ਆ ਉਹ ਬਾਹਰ ਜਾਣਗੇ, ਉਹ ਉੱਥੋਂ ਦੇ ਡਾਲਰ ਤਾਂ ਕਮਾ ਲੈਣਗੇ ਪਰ ਉੱਥੇ ਦੇ ਸੱਭਿਆਚਾਰ ਨੂੰ ਨਾ ਅਪਣਾਉਣ, ਇਹ ਵੀ ਨਹੀਂ ਹੋ ਸਕਦਾ। ਫਿਰ ਜਦੋਂ ਅਸੀਂ ਉਹਨਾਂ ਗੱਲਾਂ ਨੂੰ ਪੰਜਾਬ ਦੇ ਵਿੱਚ ਲਿਆਣ ਕੇ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਬੱਚੇ ਉਹੀ ਕੁਝ ਕਰਨ ਜੋ ਅਸੀਂ ਸਦੀਆਂ ਤੋਂ ਕਰਦੇ ਆਏ ਹਾਂ, ਤੇ ਇਸ ਤਰ੍ਹਾਂ ਤਾਂ ਹੋ ਨਹੀਂ ਸਕਦਾ। ਇਹ ਇੱਕ ਬਹੁਤ ਵੱਡੀ ਮੁਸੀਬਤ ਹੈਗੀ ਹੈ। ਜਿਹੜੀ ਸਾਨੂੰ ਸਭ ਤੋਂ ਮਾੜੀ ਗੱਲ ਲੱਗਦੀ ਹੈ ਉਹ ਇਹ ਹੈ ਕਿ ਕ੍ਰਾਈਮ ਵੱਧ ਗਿਆ। ਕ੍ਰਾਈਮ ਉਹਨਾਂ ਰਿਸ਼ਤਿਆਂ ਦੇ ਵਿੱਚ ਵੱਧ ਗਿਆ ਜਿਹੜੇ ਰਿਸ਼ਤਿਆਂ ਨੂੰ ਅਸੀਂ ਪਹਿਲਾਂ ਬੜੇ ਪਾਕ ਪਵਿੱਤਰ ਸਮਝਦੇ ਸੀ, ਚਾਹੇ ਉਹ ਮਾਂ ਬਾਪ ਦਾ ਹੋ ਗਿਆ, ਬਾਪ ਬੇਟੇ ਦਾ ਹੋ ਗਿਆ, ਚਾਚੇ ਭਤੀਜੇ ਦਾ ਹੋ ਗਿਆ, ਪਤੀ ਪਤਨੀ, ਪ੍ਰੇਮੀ ਪ੍ਰੇਮਿਕਾ, ਔਰ ਇੱਥੋਂ ਤੱਕ ਕਿ ਗੁਰੂ ਚੇਲੇ, ਡਾਕਟਰ ਔਰ ਉਹਦੇ ਮਰੀਜ਼, ਇਹ ਸਾਰੇ ਰਿਸ਼ਤਿਆਂ ਦੇ ਵਿੱਚ ਕਈ ਇਹੋ ਜਿਹੀਆਂ ਕ੍ਰਿਮੀਨਲ ਐਕਟੀਵਿਟੀਜ਼ ਸਾਨੂੰ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਹੀਆਂ, ਜਿਹਦਾ ਕਰਕੇ ਜਦੋਂ ਅਸੀਂ ਉਹਦੀ ਚਰਚਾ ਕਰਦੇ ਹਾਂ ਕਿ ਲੋਕੀ ਮੱਥਾ ਫੜ ਕੇ ਬੈਠ ਜਾਂਦੇ ਆ ਕਿ ਹਾਏ ਰੱਬਾ ਇਸ ਤਰ੍ਹਾਂ ਦੀ ਵੀ ਇਸ ਤਰ੍ਹਾਂ ਦੇ ਵੀ ਦਿਨ ਸਾਨੂੰ ਦੇਖਣੇ ਪੈਣੇ ਸੀ, ਇਹੋ ਜਿਹਾ ਵੀ ਕਲਯੁਗ ਸਾਨੂੰ ਦੇਖਣਾ ਪੈਣਾ ਸੀ। ਇਹ ਸਭ ਚੀਜ਼ਾਂ ਹੈਗੀਆਂ ਜਿਨ੍ਹਾਂ ਦੇ ਵਿੱਚ ਸਰਕਾਰ ਵੀ ਇਨਵੋਲਵਡ ਹੈ, ਸਮਾਜ ਦੇ ਖੁਦ ਜਿਹੜੇ ਕੋਈ ਪੜ੍ਹੇ ਲਿਖੇ ਲੋਕ ਨੇ ਉਹਨਾਂ ਨੂੰ ਜੇ ਉਹ ਬਾਈ ਦੇ ਚਰਚਾ ਕਰਦੇ ਤੇ ਸਾਡੇ ਰੀਤੀ ਰਿਵਾਜ ਜਿਹੜੇ ਉਹਨਾਂ ਨੂੰ ਜਿਹੜੇ ਫੜ ਕੇ ਬੈਠੇ ਲੋਕ ਉਹ ਨਹੀਂ ਉਹਨਾਂ ਨੂੰ ਅਪਣਾਉਂਦੇ, ਉਹ ਕਹਿੰਦੇ ਅਸੀਂ ਤਾਂ ਉਸੇ ਤਰੀਕੇ ਨਾਲ ਚੱਲਣਾ। ਅੰਤਰਜਾਤੀ ਵਿਆਹ ਦੀ ਜਿਹੜੀ ਗੱਲ ਹੈਗੀ ਆ, ਲਵ ਮੈਰਿਜ ਦੀ ਗੱਲ ਹੈਗੀ, ਹੁਣ ਪੱਛਮ ਵਿੱਚ ਇਹ ਚੀਜ਼ਾਂ ਜਿਹੜੀਆਂ ਇਹ ਬਿਲਕੁਲ ਆਮ ਚੱਲਦੀਆਂ, ਬਿਲਕੁਲ ਇਹ ਕੋਈ ਗੱਲ ਨਹੀਂ ਹੈ, ਇਹ ਕੋਈ ਮੁੱਦਾ ਨਹੀਂ। ਸਾਡੇ ਵਾਸਤੇ ਇੱਥੇ ਓਨਰ ਕਿਲਿੰਗ ਦੇ ਵਿੱਚ ਕਤਲ ਤੱਕ ਹੋ ਜਾਂਦੇ ਹੈਗੇ ਆ। ਔਰ ਸਭ ਤੋਂ ਮਾੜੀ ਗੱਲ ਦਰਸ਼ਕ ਸਾਹਿਬ, ਮੈਂ ਹੁਣੇ ਹੁਣੇ ਤੁਹਾਨੂੰ ਦੱਸਾਂ, ਮੇਰੀ ਵਾਈਫ ਵੀ ਮੈਨੂੰ ਇੱਕ ਸਲਿੱਪ ਫੜਾ ਕੇ ਗਈ ਹੈ ਮੇਰੇ ਕਮਰੇ ਦੇ ਵਿੱਚ ਕਿ ਆ ਦੇਖੋ ਆ ਹੁਣੇ ਹੁਣੇ 350 ਰੁਪਏ ਦੇ ਬਦਲੇ ਇੱਕ ਦੋਸਤ ਨੇ ਬਿਰਿਆਨੀ ਖਾਣ ਦੇ ਮਾਮਲੇ ਦੇ ਵਿੱਚ ਦੂਸਰੇ ਦੋਸਤ ਦੇ ਕੁਛ ਮਾਰ ਦਿੱਤਾ ਇਹੋ ਜਿਹਾ, ਔਰ ਉਹਦੀ ਮੌਕੇ ਤੇ ਮੌਤ ਹੋ ਗਈ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਰਿਸ਼ਤਿਆਂ ਦੇ ਨਿਘਾਰ ਨਾਲੋਂ ਜਿਹੜਾ ਇੱਕ ਕ੍ਰਾਈਮ ਰੇਟ ਸਾਡਾ ਵੱਧਦਾ ਜਾ ਰਿਹਾ ਹੈਗਾ ਉਹ ਬਹੁਤ ਜ਼ਿਆਦਾ ਫਿਕਰਮੰਦੀ ਦਾ ਆਲਮ ਬਣਦਾ ਜਾ ਰਿਹਾ। ਔਰ ਅਸੀਂ ਸਾਰੇ ਜਣੇ ਦੁਖੀ ਹੈਗੇ ਜਿਹਨਾਂ ਘਰਾਂ ਵਿੱਚ ਅਦਰਵਾਈਜ਼ ਰਿਸ਼ਤੇ ਠੀਕ ਠਾਕ ਚੱਲਦੇ ਉਹ ਵੀ ਆਪਣੇ ਆਪ ਨੂੰ ਜਿਹੜਾ ਹੈਗਾ ਅਣਸੁਰੱਖਿਅਤ ਮਹਿਸੂਸ ਕਰਦੇ ਆ ਕਿ ਜਦੋਂ ਅਸੀਂ ਬਾਹਰ ਸਮਾਜ ਵਿੱਚ ਨਿਕਲੇ ਹਾਂ ਤੇ ਸਾਡੀ ਜਾਨ ਨੂੰ ਵੀ ਖਤਰਾ ਹੈ। ਜੀ 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 ਰਤਲਾ ਸਾਹਿਬ, ਤੁਸੀਂ ਜਿਹੜਾ ਇਹ ਦੱਸਿਆ ਕਿ ਖਾਸ ਤੌਰ ਤੇ ਅੱਜ ਕੱਲ੍ਹ ਜਿਹੜੇ ਹਾਲਾਤ ਬਣੇ ਹੋਏ ਨੇ ਉਹਦੇ ਵਿੱਚ ਕ੍ਰਾਈਮ ਵੀ ਆ ਗਿਆ ਰਿਸ਼ਤਿਆਂ ਦੇ ਵਿੱਚ। ਅਸੀਂ ਬਹੁਤ ਸਾਰੇ ਦੇਖਿਆ, ਖਰੜ ਦੇ ਵਿੱਚ ਇੱਕ ਭਰਾ ਨੇ ਆਪਣਾ ਭਰਾ ਮਾਰਤਾ, ਭਰਜਾਈ ਮਾਰਤੀ, ਭਤੀਜਾ ਮਾਰਤਾ, ਜਲੰਧਰ ਦੇ ਵਿੱਚ ਇੱਕ ਭਰਾ ਨੇ ਆਪਣਾ ਭਰਾ ਮਾਰਤਾ, ਮਾਂ ਪਿਓ ਮਾਰ ਦਿੱਤੇ, ਉਹਦੇ ਵਿੱਚ ਕਿਤੇ ਜਾਇਦਾਦ ਦਾ ਮਾਮਲਾ ਹੁੰਦਾ ਹੈ, ਕੋਈ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਨੇ ਜਿਹਦੇ ਕਰਕੇ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ। ਡਾਕਟਰ ਭੀਵਿੰਦਰ ਜੀ, ਤੁਸੀਂ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦੇ ਹੋ ਤੇ ਯੂਨੀਵਰਸਿਟੀ ਦੇ ਵਿੱਚ ਜਿਹੜੇ ਵਿਦਿਆਰਥੀ ਆ ਰਹੇ ਨੇ ਉਹ ਅਧਿਆਪਕਾਂ ਦਾ ਜਿਹੜੇ ਇੱਕ ਅਧਿਆਪਕ ਤੇ ਵਿਦਿਆਰਥੀਆਂ ਦਾ ਰਿਸ਼ਤਾ ਹੁੰਦਾ ਹੈ, ਇਹ ਬੜਾ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ, ਤੇ ਕੀ ਜਿਸ ਤਰੀਕੇ ਦੇ ਨਾਲ ਤੁਸੀਂ ਪੜ੍ਹੇ, ਤੁਸੀਂ ਜਿਸ ਤਰੀਕੇ ਨਾਲ ਅਧਿਆਪਕਾਂ ਦਾ ਆਦਰ ਮਾਣ ਸਤਿਕਾਰ ਕਰਦੇ ਸੀ, ਉਹ ਆਦਰ ਮਾਣ ਅੱਜ ਜਿਹੜੇ ਅੱਜ ਦੇ ਵਿਦਿਆਰਥੀ ਨੇ ਉਹ ਕਰਦੇ ਆ? ਬਿਲਕੁਲ ਦਰਸ਼ਕ ਜੀ, ਦੇਖੋ ਜਿਹੜੀ ਗੱਲ ਰਤੜਾ ਸਾਹਿਬ ਨੇ ਕੀਤੀ ਹੈ ਸਮਾਜ ਦੇ ਵਿੱਚ ਨਿਗਾਰ ਦੀ, ਇਹ ਨਿਗਾਰ ਕੱਲਾ ਕੋਈ ਇਹ ਨਹੀਂ ਹੈ ਕਿ ਸਮਾਜਿਕ ਤੌਰ ਤੇ ਆ ਰਿਹਾ, ਇਹ ਸਿੱਖਿਆ ਦੇ ਵਿੱਚ ਵੀ ਉਦਾਂ ਹੀ ਨਿਗਾਰ ਆ ਰਿਹਾ। ਜਦੋਂ ਵੀ ਕੋਈ ਕੋਈ ਵੀ ਫਨੋਮਨਾ ਹੈ ਉਹ ਵਸਤੂ ਬਣ ਜਾਏਗਾ, ਉਹ ਇੱਕ ਖਰੀਦਣ ਔਰ ਵੇਚਣ ਵਾਲੀ ਚੀਜ਼ ਬਣੇਗਾ ਤਾਂ ਲਾਜ਼ਮੀ ਤੌਰ ਤੇ ਉਹਦੇ ਵਿੱਚ ਨਿਗਾਰ ਆਏਗਾ। ਤੁਸੀਂ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜੀ ਐਜੂਕੇਸ਼ਨ ਹੁੰਦੀ ਹੈ, ਸਿੱਖਿਆ ਹੁੰਦੀ ਹੈ, ਇਹ ਤਾਂ ਬਾਬੇ ਨਾਨਕ ਨੇ ਕਿਹਾ ਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਇਹਦਾ ਇੱਕ ਉਦੇਸ਼ ਹੁੰਦਾ ਪਰ ਉਪਕਾਰ ਦਾ ਉਦੇਸ਼ ਕਿ ਸਮਾਜ ਨੂੰ ਕਿਵੇਂ ਅੱਗੇ ਲੈ ਕੇ ਜਾਣਾ, ਮਨੁੱਖ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਔਰ ਉਹਦੀਆਂ ਜਿਹੜੀਆਂ ਅੰਦਰਲੀਆਂ ਖੂਬੀਆਂ ਨੇ ਮਨੁੱਖ ਦੀਆਂ ਉਹਨੂੰ ਐਜੂਕੇਸ਼ਨ ਦੇ ਰਾਹੀਂ ਕਿਵੇਂ ਡਿਵੈਲਪ ਕੀਤਾ ਜਾ ਸਕਦਾ, ਇਹ ਇੱਕ ਮਕਸਦ ਹੁੰਦਾ ਸੀਗਾ ਕਿਸੇ ਵੇਲੇ ਐਜੂਕੇਸ਼ਨ ਦਾ। ਜਦੋਂ ਐਜੂਕੇਸ਼ਨ ਖਰੀਦਣ ਔਰ ਵੇਚਣ ਵਾਲੀ ਚੀਜ਼ ਬਣ ਗਈ, ਇੱਕ ਵਸਤੂ ਬਣਾ ਦਿੱਤੀ ਗਈ ਸਿਸਟਮ ਦੇ ਰਾਹੀਂ,
ਤਾਂ ਲਾਜ਼ਮੀ ਤੌਰ ਤੇ ਤਾਂ ਵਿਦਿਆਰਥੀਆਂ ਨੂੰ ਇਹੀ ਲੱਗਦਾ ਹੈ ਕਿ ਅਸੀਂ ਤਾਂ ਐਜੂਕੇਸ਼ਨ ਖਰੀਦ ਰਹੇ ਹਾਂ, ਅਸੀਂ ਤਾਂ ਜਿਹੜਾ ਸਾਡਾ ਅਧਿਆਪਕ ਹੈ ਉਹ ਗੁਰੂ ਨਹੀਂ ਹੈ, ਉਹ ਇੱਕ ਖਰੀਦਿਆ ਔਰ ਵੇਚਣ ਵਾਲਾ ਜਾਂ ਤਨਖਾਹਦਾਰ ਜਿਹੜਾ ਹੈਗਾ ਉਹ ਮਨੁੱਖ ਹੈ, ਇਸ ਕਰਕੇ ਅਸੀਂ ਫੀਸ ਦਿੰਦੇ ਹਾਂ ਤੇ ਇਹ ਸਾਨੂੰ ਪੜ੍ਹਾਉਂਦਾ ਹੈ, ਇਹਦੀ ਇੰਨੀ ਕੁ ਜ਼ਿੰਮੇਵਾਰੀ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਐਜੂਕੇਸ਼ਨ ਵਿੱਚੋਂ ਜੋ ਅਸਲੀ ਨੈਤਿਕਤਾ ਸੀਗੀ ਉਹ ਹੌਲੀ ਹੌਲੀ ਖਤਮ ਹੋ ਗਈ, ਔਰ ਉਹਦਾ ਵੱਡਾ ਕਾਰਨ ਇਹੀ ਹੋਇਆ ਕਿ ਐਜੂਕੇਸ਼ਨ ਇੱਕ ਬਾਜ਼ਾਰ ਮੰਡੀ ਦੀ ਵਸਤੂ ਬਣ ਕੇ ਰਹਿ ਗਈ, ਔਰ ਜਿਹਦਾ ਨਤੀਜਾ ਆਪਾਂ ਦੇਖ ਹੀ ਰਹੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਅਧਿਆਪਕਾਂ ਦਾ ਜੋ ਹਾਲਾਤ ਹੋਏ ਨੇ, ਔਰ ਉਹਦਾ ਕਾਰਨ ਵੱਡਾ ਇਹੀ ਹੈ ਕਿ ਐਜੂਕੇਸ਼ਨ ਜਿੰਨੀ ਦੇਰ ਉਹਦੀ ਅਸਲੀ ਉਹਦੀ ਜੋ ਪਛਾਣ ਹੈ ਐਜੂਕੇਸ਼ਨ ਦੀ, ਜੋ ਅਸਲੀ ਮਕਸਦ ਹੈ ਐਜੂਕੇਸ਼ਨ ਦਾ, ਜਿੰਨੀ ਦੇਰ ਉਹ ਲਾਗੂ ਨਹੀਂ ਕੀਤਾ ਜਾਂਦਾ ਸਾਡੀਆਂ ਜਿਹੜੀਆਂ ਚਾਹੇ ਯੂਨੀਵਰਸਿਟੀਜ਼ ਹੋਣ ਚਾਹੇ ਕਾਲਜ ਹੋਣ ਚਾਹੇ ਸਕੂਲ ਹੋਣ, ਉਨੀ ਦੇਰ ਇਹ ਕੰਮ ਚੱਲਦਾ ਰਹੇਗਾ ਜੀ। ਠੀਕ ਹੈ ਭੀਮ ਜੀ, ਜਿਹੜਾ ਤੁਸੀਂ ਇਹ ਗੱਲ ਕਹੀ ਹੈ ਕਿ ਐਜੂਕੇਸ਼ਨ ਦਾ ਜਿਹੜਾ ਮਕਸਦ ਹੈ ਉਹ ਮਕਸਦ ਪੂਰਾ ਨਹੀਂ ਹੋ ਰਿਹਾ, ਇਸ ਗੱਲ ਕਰਕੇ ਵੀ ਜਿਹੜੇ ਰਿਸ਼ਤੇ ਹੈ ਜਿਹੜੇ ਆ ਉਸ ਤਰੀਕੇ ਦੇ ਨਾਲ ਨਹੀਂ ਬਣ ਰਹੇ ਜਿਹੋ ਜਿਹੇ ਬਣਨੇ ਚਾਹੀਦੇ ਆ। ਹੁਣ ਇੱਕ ਬ੍ਰੇਕ ਦਾ ਸਮਾਂ ਹੋ ਰਿਹਾ ਹੈ, ਲੈਣੇ ਆ ਇੱਕ ਬ੍ਰੇਕ। ਚਰਚਾ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ। ਜਿਸ ਤਰੀਕੇ ਨਾਲ ਰਤੜਾ ਸਾਹਿਬ ਨੇ ਕਿਹਾ ਕਿ ਇਸ ਸਮੇਂ ਜਿਹੜੇ ਸਾਡੇ ਰਿਸ਼ਤੇ ਨੇ ਉਹਨਾਂ ਉੱਤੇ ਪੱਛਮੀਕਰਨ ਦਾ ਪ੍ਰਭਾਵ ਵੀ ਹੋ ਪੈ ਰਿਹਾ ਹੈ, ਤੇ ਸਾਡੇ ਬਹੁਤ ਸਾਰੇ ਬੱਚੇ ਜਿਹੜੇ ਪੰਜਾਬ ਦੇ ਨੇ ਉਹ ਵਿਦੇਸ਼ਾਂ ਵਿੱਚ ਜਾ ਰਹੇ ਨੇ, ਉਹਨਾਂ ਉੱਤੇ ਵੀ ਪੱਛਮ ਦਾ ਪ੍ਰਭਾਵ ਹੈ। ਜਦੋਂ ਬੱਚੇ ਪੜ੍ਹ ਲਿਖ ਕੇ ਜਾਂ ਇੱਥੇ ਪੰਜਾਬ ਦੇ ਵਿੱਚ ਆਉਣਗੇ ਉਹਨਾਂ ਦੇ ਜਿਹੜੇ ਹੈਗੇ ਆ ਜਿਹੜੀ ਕਦਰਾਂ ਕੀਮਤਾਂ ਕਿਹੋ ਜਿਹੀਆਂ ਰਹਿਣਗੀਆਂ ਇਹ ਉਹ ਪੱਛਮ ਦੇ ਹਿਸਾਬ ਦੇ ਨਾਲ ਚੱਲਣਗੀਆਂ। ਇਸ ਦੇ ਨਾਲ ਹੀ ਡਾਕਟਰ ਭੀਮਿੰਦਰ ਸਿੰਘ ਉਹਨਾਂ ਨੂੰ ਮੈਂ ਸਵਾਲ ਇਹ ਕੀਤਾ ਸੀਗਾ ਕਿ ਜਿਹੜੇ ਵਿਦਿਆਰਥੀ ਤੁਹਾਡੇ ਕੋਲ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਆਉਂਦੇ ਆ ਉਹਨਾਂ ਨੂੰ ਜਿਹੜਾ ਹੈਗਾ ਸ਼ੁਰੂਆਤ ਦੇ ਵਿੱਚ ਗਰੋ ਕਰਨ ਦੇ ਵਿੱਚ ਮਾਪਿਆਂ ਦਾ ਹੱਥ ਰਿਹਾ ਹੁੰਦਾ ਹੈ, ਤੇ ਜਾਂ ਜਿਹੜੇ ਸਕੂਲ ਦੇ ਵਿੱਚ ਜਿੱਥੇ ਉਹ ਪੜ੍ਹ ਲਿਖ ਕੇ ਆਉਂਦੇ ਆ ਉਹਨਾਂ ਜਿਹੜੇ ਅਧਿਆਪਕਾਂ ਨੇ ਉਹਨਾਂ ਨੂੰ ਸਿੱਖਿਆ ਦਿੱਤੀ ਹੁੰਦੀ ਆ ਉਸ ਅਨੁਸਾਰ ਹੀ ਉਹ ਚੱਲਦੇ ਆ। ਡਾਕਟਰ ਭੀਮਿੰਦਰ ਸਿੰਘ ਜੀ, ਜਿਹੜਾ ਮੈਂ ਵਿਸ਼ੇਸ਼ ਸਵਾਲ ਇਹੀ ਕਰ ਰਿਹਾ ਸੀਗਾ ਕਿ ਜਿਹੜੇ ਅਧਿਆਪਕ ਤੇ ਬੱਚਿਆਂ ਦਾ ਰਿਸ਼ਤਾ ਹੈ ਉਹ ਕਿਸ ਤਰ੍ਹਾਂ ਦਾ ਚੱਲ ਰਿਹਾ ਯੂਨੀਵਰਸਿਟੀ ਦੇ ਖਾਸ ਤੌਰ ਤੇ ਉਸ ਹਿਸਾਬ ਦੇ ਨਾਲ ਜੇ ਆਪਾਂ ਗੱਲ ਕਰੀਏ। ਜੀ ਦੇਖੋ, ਜਦੋਂ ਯੂਨੀਵਰਸਿਟੀ ਤੱਕ ਬੱਚਾ ਆਉਂਦਾ ਹੈ ਤਾਂ ਉਹਦੀ ਜਿਹੜੀ ਚੇਤਨਾ ਹੈ ਜਾਂ ਉਹਦਾ ਚੇਤਨਾ ਦਾ ਪੱਧਰ ਹੈ ਉਹ ਕਾਫੀ ਡਿਵੈਲਪ ਹੋ ਚੁੱਕਿਆ ਹੁੰਦਾ ਹੈ। ਔਰ ਜਦੋਂ ਅਸੀਂ ਸਕੂਲ ਦੇ ਜਿਹੜੇ ਬੱਚੇ ਹੁੰਦੇ ਆ ਉਹਨੂੰ ਤੁਸੀਂ ਬਹੁਤ ਇੰਪਰੂਵ ਕੀਤਾ ਜਾ ਸਕਦਾ ਹੈ ਜਾਂ ਜਦੋਂ ਕਾਲਜ 'ਚ ਜਾਂਦਾ ਹੈ ਉਹਦੀ ਹੋਰ ਇੰਪਰੂਵਮੈਂਟ ਦੀਆਂ ਸੰਭਾਵਨਾਵਾਂ ਹੁੰਦੀਆਂ ਨੇ, ਪਰ ਜਦੋਂ ਯੂਨੀਵਰਸਿਟੀ ਦੇ ਬੱਚੇ ਜਿਹੜੇ ਆਉਣਾ ਤਾਂ ਉਹ ਸਕੂਲ 'ਚੋਂ ਕਾਲਜ 'ਚੋਂ ਨਿਕਲ ਕੇ ਆਉਂਦਾ ਔਰ ਉਹਦੇ ਨਾਲ ਕੀ ਹੁੰਦਾ ਕਿ ਉਹ ਕਾਫੀ ਉਹਦੀ ਮਾਨਸਿਕ ਤੌਰ ਤੇ ਗਰੋਥ ਹੋ ਚੁੱਕੀ ਹੁੰਦੀ ਹੈ, ਯਾਨੀ ਕਿ ਉਹਦਾ ਮਕਸਦ ਇੱਥੋਂ ਯੂਨੀਵਰਸਿਟੀ ਦੇ ਵਿੱਚੋਂ ਡਿਗਰੀ ਲੈ ਕੇ ਆਪਣੀ ਨੌਕਰੀ ਤੱਕ ਪਹੁੰਚਣਾ ਹੁੰਦਾ। ਸੋ ਉਸ ਤਰ੍ਹਾਂ ਦੀ ਜਦੋਂ ਅਸੀਂ ਜਾਂ ਜਦੋਂ ਦੇਖਦੇ ਹਾਂ ਜਾਂ ਉਹਨੇ ਜਦੋਂ ਐਮ ਫਿਲ ਕਰਨੀ ਹੈ ਪੀ ਐਚ ਡੀ ਕਰਨੀ ਹੈ ਤਾਂ ਵਿਦਿਆਰਥੀ ਦਾ ਮਕਸਦ ਜਿਹੜਾ ਹੈਗਾ ਉਹ ਰੁਜ਼ਗਾਰ ਨੂੰ ਲੈ ਕੇ ਉਹ ਇੰਪੋਰਟੈਂਟ ਹੋ ਜਾਂਦਾ। ਸੋ ਇਸ ਕਰਕੇ ਜਿਹੜਾ ਯੂਨੀਵਰਸਿਟੀ ਚ ਵਿਦਿਆਰਥੀ ਆਏਗਾ ਉਹ ਇਸ ਲਈ ਆਏਗਾ ਕਿ ਜਿਹੜੀ ਐਜੂਕੇਸ਼ਨ ਉਹਦੇ ਮਨ ਦੇ ਵਿੱਚ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਗੁਰੂ ਚੇਲੇ ਵਾਲੀ ਵੀ ਗੱਲ ਹੋਵੇ, ਜਿਵੇਂ ਪਹਿਲਾਂ ਜਿਵੇਂ ਤੁਸੀਂ ਇੱਕ ਐਗਜ਼ਾਮਪਲ ਦਿੱਤੀ ਹੈ ਕਿ ਜਿਹੜਾ ਪਿਛਲਾ ਸਮਾਂ ਸੀਗਾ ਉਹਦੇ ਵਿੱਚ ਗੁਰੂ ਦੀ ਜਿਹੜੀ ਬਹੁਤ ਵੱਡੀ ਵਿਸ਼ੇਸ਼ਤਾ ਮੰਨੀ ਜਾਂਦੀ ਸੀ, ਕਿਉਂਕਿ ਭਾਰਤ ਇੱਕ ਐਸਾ ਮੁਲਕ ਹੈ ਜਿੱਥੇ ਗੁਰੂਕੁਲ ਦੀ ਪਰੰਪਰਾ ਰਹੀ ਹੈ ਔਰ ਸਾਡੇ ਇੱਥੇ ਦਰੋਣਾਚਾਰੇ ਵਰਗੇ ਬਹੁਤ ਵੱਡੇ ਗੁਰੂ ਜਿਹੜੇ ਨੇ ਉਹ ਇੱਥੋਂ ਹੀ ਪੈਦਾ ਹੋਏ ਨੇ ਔਰ ਇਸੇ ਤਰ੍ਹਾਂ ਜਿਹੜੇ ਵਿਦਿਆਰਥੀ ਨੇ ਉਹ ਬਹੁਤ ਵੱਡੇ ਵੱਡੇ ਵਿਦਿਆਰਥੀ ਇਸ ਇਲਾਕੇ ਨੇ ਜਾਂ ਇਸ ਖੇਤਰ ਨੇ ਪੂਰੀ ਦੁਨੀਆਂ ਨੂੰ ਦਿੱਤੇ ਨੇ ਜਿਨ੍ਹਾਂ ਦਾ ਨਾਂ ਹੈ। ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਉਂ ਜਿਉਂ ਜਿਹੜੀ ਐਜੂਕੇਸ਼ਨ ਹੈ ਖਾਸ ਤੌਰ ਤੇ ਜਿਹੜੀ ਹਾਇਰ ਐਜੂਕੇਸ਼ਨ ਹੈ ਉਹ ਮੰਡੀ ਦੀ ਵਸਤੂ ਬਣ ਜਾਂਦੀ ਹੈ ਔਰ ਉਹ ਇੱਕ ਸਿਰਫ ਰੁਜ਼ਗਾਰ ਦੇਣ ਦਾ ਮਕਸਦ ਬਣ ਜਾਂਦੀ ਹੈ ਤਾਂ ਉਹਦੇ ਨਾਲ ਜਿਹੜਾ ਉਹ ਗੁਰੂਕੁਲ ਵਾਲਾ ਰਿਸ਼ਤਾ ਹੈ ਸਾਡਾ ਜਿਹੜਾ ਪੁਰਾਣਾ ਰਿਸ਼ਤਾ ਹੈ ਉਹ ਹੌਲੀ ਹੌਲੀ ਟੁੱਟਦਾ ਸਾਨੂੰ ਨਜ਼ਰ ਆ ਰਿਹਾ ਔਰ ਜਿਹਦਾ ਨਤੀਜਾ ਅਸੀਂ ਅੱਜ ਪੂਰੀ ਯੂਨੀਵਰਸਿਟੀਆਂ ਦੇ ਵਿੱਚ ਜਾਂ ਪੂਰਾ ਜਿਹੜਾ ਹਾਇਰ ਐਜੂਕੇਸ਼ਨ ਦਾ ਸਿਸਟਮ ਹੈ
ਉਹਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਕਿ ਜਿਹੜੇ ਗੁਰੂਆਂ ਦਾ ਸੰਬੰਧ ਕਿਸੇ ਵੇਲੇ ਆਦਰ ਮਾਣ ਵਾਲਾ ਸੀਗਾ ਉਹ ਅੱਜ ਨਹੀਂ ਰਹਿ ਗਿਆ ਔਰ ਉਹਦੇ ਵਿੱਚ ਕਾਫੀ ਵੱਡੀਆਂ ਤਰੇੜਾਂ ਜਿਹੜੀਆਂ ਨੇ ਆਈਆਂ ਨੇ ਇਹਦੇ ਵਿੱਚ ठीक है भीम जी। भीम जी दस रहे ने कि जेड़ा गुरु ते चेले वाला रिश्ता सीगा वह भी तिड़क गया उहदे विच नैतिक जिहड़ी कदर कीमत दी जिहड़ा निगार आया होया है। डॉक्टर भगवंत सिंह जी तुहानू बतौर सिक्ख्या शास्त्री दी तुसी जिहड़े परिवारक रिश्ते ने तुसी देखदे हो जिहड़े मां प्यो असी जिस हालात विच पैदा होए किस तरीके दा साडे मां प्यो व्यवहार करते सीगे ते अज जिहड़े बच्चे ने वह किस तरीके नाल चल रहे ने। दर्शक जी जिस तरह के पहले चर्चा हो चुकी है कि समय के नाल तकनीक दे विच बड़ी तब्दीली आई है ते पिछले दो दहाकों दे विच तकनीक ने इन्ना प्रभावित किया है कि पंजाब दे विच परिवारां दे विच बहुत बड़ा असर होया है। इस करके बच्चों का जिहड़ा सोचन ढंग है जिहड़ा उन्हां दा व्यवहार करन दा ढंग है उहदे विच बड़ी वड्डी तब्दीली आई है। असल दे विच इह कारण जिवें कि कहा जाता विद्वान लोग कह रहे ने कि पछम का जो ग्लोबलाइजेशन का सब तो बड़ा मारू हमला पंजाब के उपर होया तो उहदे विच जिहड़ा साम्राज्य जिहड़ी ताकत है उन्हां दा इह जावे समाज नूं तोड़िया जावे परिवार नूं तोड़िया जावे अते मनुख नूं मनुख तो तोड़िया जावे ਇਹ ਪੰਜਾਬ ਦੇ ਵਿੱਚ ਵਾਪਰ ਰਿਹਾ ਹੈ। ਇਹੋ ਕਾਰਨ ਹੈ ਕਿ ਅੱਜ ਕੱਲ੍ਹ ਇੰਨੀਆਂ ਅਨੈਤਿਕ ਘਟਨਾਵਾਂ ਆਪਾਂ ਵੇਖਣ ਨੂੰ ਮਿਲ ਰਹੀਆਂ ਨੇ। ਪਿਓ ਪੁੱਤ ਨੂੰ ਮਾਰ ਰਿਹਾ, ਪੁੱਤ ਪਿਓ ਨੂੰ ਮਾਰ ਰਿਹਾ, ਭੈਣ ਭਰਾ ਨੂੰ, ਇਸ ਤਰ੍ਹਾਂ ਦੇ ਰਿਸ਼ਤਿਆਂ ਦੇ ਵਿੱਚ ਕਲੰਕਿਤ ਹੋ ਰਿਹਾ ਹੈਗਾ। ਇਹ ਸਮਾਜ ਦੇ ਵਿੱਚ ਇੰਨਾ ਕੁ ਕਾਰਨ ਕੀ ਹੈ? ਕਿਉਂਕਿ ਅਸੀਂ ਅੰਧਾ ਧੁੰਦ ਪੱਛਮ ਦੀ ਨਕਲ ਕਰਨ ਵੱਲ ਨੂੰ ਤੁਰ ਪਏ ਹਾਂ ਤੇ ਉਹਨਾਂ ਦੇ ਜੋ ਸਮਾਜਿਕ ਰਿਸ਼ਤੇ ਨੇ, ਜੋ ਸਮਾਜਿਕ ਮਾਨਤਾਵਾਂ ਨੇ, ਉਹਨਾਂ ਨੂੰ ਇਸ ਹਿਸਾਬ ਨਾਲ ਅਸੀਂ ਲਾਗੂ ਕਰਨਾ ਚਾਹ ਰਹੇ ਹਾਂ, ਪਰੰਤੂ ਇਹ ਨਹੀਂ ਹੈ। ਕਿਉਂਕਿ ਜਿਵੇਂ ਕਿ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਕਥਨ ਹੈ ਕਿ ਪਾਪਾਂ ਵਾਜੋਂ ਹੋਵੇ ਨਾਹੀ ਮੋਇਆ ਸਾਥ ਨਾ ਜਾਈ। ਅਸਲ ਦੇ ਵਿੱਚ ਸਾਡਾ ਜਿਹੜਾ ਸਮਾਜੀ ਵਰਤਾਰਾ, ਸਮਾਜੀ ਢਾਂਚਾ ਮਾਇਆ ਵੱਲ ਨੂੰ ਪੈ ਗਿਆ, ਅੰਧਾ ਧੁੰਦ ਹੋ ਕੇ ਪੈ ਗਿਆ ਤੇ ਦੂਸਰੇ ਕਾਰਜ ਜੋ ਸਮਾਜਿਕ ਰਹੁ ਰੀਤਾਂ ਨੇ, ਜੋ ਸ਼ਬਦ ਗੁਰੂ ਦਾ ਜਾਂ ਸਾਡੀ ਰੂਹਾਨੀਅਤ ਕੇਂਦਰ ਨੇ ਉਹਨਾਂ ਤੋਂ ਅਸੀਂ ਪਿੱਠ ਮੋੜ ਲਈਏ ਤੇ ਉਹਨਾਂ ਤੋਂ ਬਿਲਕੁਲ ਅਸੀਂ ਸ਼ਬਦ ਤੋਂ ਟੁੱਟ ਚੁੱਕੇ ਹਾਂ, ਗਿਆਨ ਤੋਂ ਟੁੱਟ ਚੁੱਕੇ ਹਾਂ, ਜਦਕਿ ਇੱਥੇ ਸਾਡੇ ਕੋਲ ਬਹੁਤ ਵੱਡੇ ਰੂਹਾਨੀ ਕੇਂਦਰ ਸੀ, ਬਹੁਤ ਵੱਡੀ ਰੂਹਾਨੀਅਤ ਸੀ, ਉਸ ਨੂੰ ਅਸੀਂ ਛੱਡ ਕੇ ਨਕਲ ਬਿਲਕੁਲ ਉਸ ਮਾਡਲ ਨੂੰ ਅਡੋਪਟ ਕਰਨ ਦੇ ਉੱਪਰ, ਹਰ ਉਹਨਾਂ ਦੀ ਚੀਜ਼ ਨੂੰ ਅਡੋਪਟ ਕਰਨ ਦੇ ਵੱਲ ਨੂੰ ਤੁਰ ਪਏ ਹਾਂ, ਜਿਹਦੇ ਕਾਰਨ ਸਮਾਜ ਦੇ ਵਿੱਚ ਇਸ ਤਰ੍ਹਾਂ ਦੀ ਟੁੱਟ ਭੱਜ ਹੋ ਰਹੀ ਹੈ। ਹੁਣ ਅੱਜ ਦੇਖਿਆ ਜਾਵੇ ਤਾਂ ਕਿਰਦਾਰ ਮਤਲਬ ਖਤਮ ਹੋ ਚੁੱਕੇ ਨੇਗੇ, ਸਿਆਸੀ ਲੀਡਰਸ਼ਿਪ ਦੇ ਵੱਡੇ ਜਿਹੜੀ ਬਿਊਰੋਕਰੇਸੀ ਸੀ ਉਹਨਾਂ ਦੇ, ਵੱਡੇ ਪੁਲਿਸ ਅਧਿਕਾਰੀਆਂ ਦੇ ਕਿੰਨਾ ਕਿੰਨਾ ਉਹਨਾਂ ਦਾ ਨਿਗਾਰ ਆ ਰਿਹਾ, ਸਾਹਮਣੇ ਆ ਰਿਹਾ। ਹੁਣ ਤਕਨੀਕ ਨੇ ਸਾਨੂੰ ਇੰਨਾ ਦਿਖਾੜ ਦਿੱਤਾ, ਇਹਦੇ ਤੋਂ ਜਦੋਂ ਬੱਚੇ ਦੇਖਦੇ ਨੇ ਵੀ ਸਮਾਜ ਦੇ ਵਿੱਚ ਕੀ ਵਾਪਰ ਰਿਹਾ ਹੈਗਾ, ਉਹ ਲਾਜ਼ਮੀ ਹੈਗਾ ਤੇ ਉਹਨਾਂ ਦਾ ਪਰਿਵਾਰ ਪ੍ਰਤੀ, ਸਮਾਜ ਪ੍ਰਤੀ, ਦੇਸ਼ ਪ੍ਰਤੀ ਉਹਨਾਂ ਦਾ ਨਜ਼ਰੀਆ ਹੀ ਹੋਰ ਕੁਛ ਹੋ ਰਿਹਾ ਹੈਗਾ ਤੇ ਇੰਨੀ ਇੰਨੀ ਗਿਰਾਵਟ ਦੇ ਵਿੱਚ ਆ ਰਹੇ ਨੇਗੇ ਜਿਹਨਾਂ ਕੋਲ ਕਿਰਦਾਰ ਹੀ ਕੁਛ ਨਹੀਂ ਰਿਹਾ। ਤੇ ਜਦੋਂ ਕਿ ਗੁਰੂ ਨਾਨਕ ਸਾਹਿਬ ਨੇ ਜਦੋਂ ਕਿ ਕਿਹਾ ਸੀ ਕਿ ਉਹਨਾਂ ਦੇ ਉਹ ਸਮੇਂ ਦੇ ਵਿੱਚ ਪਾਪ ਕੀ ਜੰਝ ਲੈ ਕਾਬਲ ਉਤਾਇਆ, ਜੋ ਵੀ ਮੰਗੇ ਦਾਨ ਵੀ ਲਾ ਲਓ, ਉਹ ਉਸ ਤਰ੍ਹਾਂ ਦੀ ਜਿਹੜੀ ਵਿਆਪਕ ਦੀ ਸਮਾਜ ਦੇ ਵਿੱਚ ਮਾੜਾ ਕੂੜ ਪਸਾਰਾ ਹੋ ਚੁੱਕਿਆ ਸੀਗਾ ਤੇ ਸਾਰਾ ਕੁਝ ਬੰਦੇ ਆਪਣੇ ਵੱਲੋਂ ਛੱਡ ਚੁੱਕੇ ਸੀ, ਉਸ ਤਰ੍ਹਾਂ ਦੇ ਵਰਤਾਰੇ ਦੇ ਵਿੱਚ ਅੱਜ ਅਸੀਂ ਵਿਚਰ ਰਹੇ ਹਾਂ, ਜਿਹਦੇ ਕਾਰਨ ਸਮਾਜ ਦੇ ਵਿੱਚ ਇੱਕ ਅਸਾਮਾਪਣ ਪੈਦਾ ਹੋ ਰਿਹਾ ਤੇ ਅਸ਼ਾਂਤੀ ਦਾ ਮਾਹੌਲ ਪੈਦਾ ਹੋ ਰਿਹਾ, ਜਿਹੜਾ ਕਿ ਜਦੋਂ ਕਿ ਜਿਵੇਂ ਕਿਹਾ ਜਾਂਦਾ ਕਿ ਜੇ ਰਾਜਸੀ ਪ੍ਰਬੰਧ ਅਨਿਆਪੂਰਨ ਹੋਵੇ ਤਾਂ ਉਹਦੇ ਵਿੱਚ ਉਹ ਸ਼ਾਂਤੀ ਔਰ ਅਨੈਤਿਕਤਾ ਜਨਮ ਲੈਂਦੀ ਹੈ। ਹੁਣ ਉਸ ਤਰ੍ਹਾਂ ਦੀਆਂ ਜਦੋਂ ਘਾਟਾਂ ਸਾਹਮਣੇ ਆਉਂਦੀਆਂ ਨੇ ਤਾਂ ਸਮਾਜ ਦੇ ਵਿੱਚ ਬੱਚਿਆਂ ਦਾ, ਬਜ਼ੁਰਗਾਂ ਦਾ, ਉਹਨਾਂ ਦੀ ਸੋਚਣੀ, ਉਹਨਾਂ ਦਾ ਵਿਚਾਰ ਕਰਨ ਦਾ ਤਰੀਕਾ, ਅਸਲ ਦੇ ਵਿੱਚ ਜਿਹੜੀ ਸੰਵਾਦ ਦੀ ਸੂਝ ਸੀ ਜਿਹੜੀ, ਉਹਦੇ ਤੋਂ ਵੀ ਅਸੀਂ ਟੁੱਟ ਚੁੱਕੇ ਹਾਂ। ਗੁਰੂ ਸ਼ਿਸ਼ ਦਾ ਰਿਸ਼ਤਾ ਸੀ ਜਿਹੜਾ ਉਹ ਬਿਲਕੁਲ ਪਲੀਤ ਹੋ ਰਿਹਾ ਹੈਗਾ, ਹੁਣ ਉਹਨੂੰ ਇੱਕ ਪਦਾਰਥ ਬਣਾ ਦਿੱਤਾ ਵੀ ਉਹ ਤੋਂ ਮੈਂ ਮੁੱਲ ਲੈਣਾ, ਮੈਨੂੰ ਇਹਨੇ ਗਿਆਨ ਕਿਹੜਾ ਦੇਣਾ, ਉਹਦੇ ਗੁਰੂ ਨਾਲ ਕੋਈ ਆਸਥਾ ਹੀ ਕੋਈ ਨਹੀਂ ਰਹੀ ਤੇ ਵਧੇ ਅਧਿਆਪਕ ਦੀ ਇਹ ਆ ਵੀ ਮੈਂ ਇਹਨੂੰ ਕੁਛ ਦੇਣਾ ਹੈਗਾ, ਮੈਨੂੰ ਵੀ ਕੁਛ ਮਿਲੇ। ਤੇ ਜਦੋਂ ਇਸ ਪੱਧਰ ਦੇ ਉੱਪਰ ਰਿਸ਼ਤੇ ਖੜੇ ਹੋਣ ਤਾਂ ਫਿਰ ਸਮਾਜ ਦਾ, ਦੇਸ਼ ਦਾ ਜਾਂ ਕੌਮ ਦਾ ਅਸੀਂ ਕੀ ਸੋਚ ਸਕਦੇ ਹਾਂ? ਇਵੇਂ ਜਿਵੇਂ ਪਰਿਵਾਰਾਂ ਦੇ ਵਿੱਚ ਹੋ ਰਿਹਾ ਹੈਗਾ, ਭੈਣ ਭਰਾ ਤੋਂ ਸੋਚਦੀ ਹੈ ਵੀ ਮੈਂ ਕੀ ਲੈਣਾ ਤੇ ਭਰਾ ਭੈਣ ਤੋਂ, ਤੇ ਜ਼ਮੀਨ ਜਾਇਦਾਦ ਦੇ ਅੱਗੇ ਬਹੁਤ ਘੱਟ ਉਹ ਝਗੜੇ ਹੁੰਦੇ ਸੀ, ਪਰੰਤੂ ਹੁਣ ਤਾਂ ਹਰੇਕ ਚੀਜ਼ ਦੇ ਉੱਪਰ ਸੋਚ ਕੇ ਹਰ ਰੋਜ਼ ਹੀ ਬੱਚੇ ਵੀ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਨੇ
ਜਿਹਦੇ ਨਾਲ ਸਾਡੇ ਸਮਾਜ ਦੇ ਵਿੱਚ ਅਸਾਮਾਪਣ ਆ ਰਿਹਾ ਹੈ, ਵਿਗਾੜ ਆ ਰਿਹਾ ਹੈ ਤੇ ਸਮਾਜ ਪਿੱਛੇ ਵੱਲ ਨੂੰ ਜਾ ਰਿਹਾ ਹੈਗਾ, ਜਿਹਦੇ ਕਾਰਨ ਅਸਲ ਦੇ ਵਿੱਚ ਸਾਡਾ ਆਪਣਾ ਧਾਰਮਿਕ ਰੋਹ ਰੀਤਾਂ ਤੋਂ, ਸਾਡੀ ਆਪਣੀ ਮਰਿਆਦਾਵਾਂ ਤੋਂ, ਸਾਡੇ ਆਪਣੇ ਵਿਰਸੇ ਤੋਂ ਟੁੱਟਣਾ, ਸਾਡੀ ਆਪਣੀ ਚੇਤਨਾ ਤੋਂ ਟੁੱਟਣਾ, ਸਾਡੀ ਆਪਣੀ ਸੰਵਾਦ ਦੀ ਜਿਹੜੀ ਸੂਝ ਹੈ ਉਹਦੇ ਤੋਂ ਟੁੱਟਣਾ, ਇਹ ਇਹ ਕਈ ਫੈਕਟਰ ਨੇ ਜਿਹੜੇ ਕਿ ਸਮਾਜ ਨੂੰ ਇਸ ਅਧੋਗਤੀ ਵੱਲ ਲੈ ਕੇ ਜਾ ਰਹੇ ਨੇ। ਇਹਦੇ ਵਿੱਚ ਜਿਹੜੀ ਟੈਕਨੀਕ ਹੈ, ਟੈਕਨੀਕ ਨੇ ਇਹਦੇ ਵਿੱਚ ਹੋਰ ਵੀ ਤੇਜ਼ੀ ਲਿਆਂਦੀ ਹੈ। ਅਸੀਂ ਅੰਧਾ ਧੁੰਦ ਟੈਕਨੀਕ ਨੂੰ ਵਰਤ ਰਹੇ ਹਾਂ ਅਤੇ ਉਹਦਾ ਸਮਾਜ ਦੀ ਉੱਨਤੀ ਨਾਲੋਂ ਅਵਨਤੀ ਵੱਲ ਨੂੰ ਜਿਹੜਾ ਸਾਡਾ ਜ਼ਿਆਦਾ ਹੋਏ ਦਾ ਪ੍ਰਯੋਗ ਹੋ ਰਿਹਾ। ਠੀਕ ਜੀ, ਭਗਵਾਨ ਸਿੰਘ ਜੀ, ਭਗਵਾਨ ਸਿੰਘ ਜੀ, ਭਗਵਾਨ ਸਿੰਘ ਜੀ, ਸਾਡੇ ਕੋਲ ਭੰਡਾਰੀ ਸਾਹਿਬ, ਭੰਡਾਰੀ ਸਾਹਿਬ ਬੈਠੇ ਨੇ। ਉਹ ਪਿਛਲੇ ਲੰਮੇ ਸਮੇਂ ਜਿਵੇਂ ਡਾਕਟਰ ਭਗਵੰਤ ਸਿੰਘ ਉਹਨਾਂ ਨੇ ਦੱਸਿਆ ਹੈ ਕਿ ਸਾਡੇ ਰਿਸ਼ਤੇ ਇਸ ਗੱਲ ਕਰਕੇ ਤਿੜਕ ਰਹੇ ਨੇ ਕਿਉਂਕਿ ਇਸ ਉੱਤੇ ਪੱਛਮੀ ਪ੍ਰਭਾਵ ਵੀ ਪੈ ਰਿਹਾ ਹੈ, ਸਾਡਾ ਸਮਾਜ ਵੀ ਹੈ। ਇਸ ਵਿੱਚ ਜਿਹੜੇ ਹੈਗਾ ਪਦਾਰਥਵਾਦ ਜ਼ਿਆਦਾ ਭਾਰੂ ਹੋ ਚੁੱਕਿਆ ਹੈ। ਸਾਡੇ ਵਿੱਚ ਪ੍ਰਿੰਸੀਪਲ ਪ੍ਰਿਤਭਾ ਸਿੰਘ ਭੰਡਾਰੀ ਵੀ ਬੈਠੇ ਨੇ। ਉਹਨਾਂ ਨੇ ਬਹੁਤ ਸਾਲ ਤੱਕ ਬੱਚਿਆਂ ਨੂੰ ਪੜ੍ਹਾਇਆ ਵੀ ਹੈ, ਨੈਤਿਕ ਕਦਰਾਂ ਕੀਮਤਾਂ ਵੀ ਸਿਖਾਈਆਂ ਨੇ। ਬ੍ਰੇਕ ਤੋਂ ਬਾਅਦ ਉਹਨਾਂ ਕੋਲ ਚੱਲਾਂਗੇ, ਲੈਣੇ ਆ ਇੱਕ ਬ੍ਰੇਕ। ਚਰਚਾ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ। ਜਿਵੇਂ ਕਿ ਬ੍ਰੇਕ ਤੋਂ ਪਹਿਲਾਂ ਦੱਸਿਆ ਸੀਗਾ ਕਿ ਸਾਡੇ ਵਿੱਚ ਇਸ ਸਮੇਂ ਮੌਜੂਦ ਨੇ ਪ੍ਰਿੰਸੀਪਲ ਪ੍ਰਿਤਪਾਲ ਸਿੰਘ ਭੰਡਾਰੀ। ਇਹਨਾਂ ਕੋਲ ਬਹੁਤ ਵੱਡਾ ਤਜਰਬਾ, ਉਮਰ ਦਾ ਵੀ ਤਜਰਬਾ ਹੈ, ਪੜ੍ਹਾਈ ਦਾ ਵੀ ਤਜਰਬਾ ਹੈ ਅਤੇ ਬੱਚਿਆਂ ਨੂੰ ਪੜ੍ਹਾਇਆ ਵੀ ਬਹੁਤ ਜ਼ਿਆਦਾ ਹੈ। ਪ੍ਰਿਤਪਾਲ ਸਿੰਘ ਜੀ ਭੰਡਾਰੀ ਸਾਹਿਬ, ਤੁਸੀਂ ਤਿੰਨ ਰਿਸ਼ਤੇ ਦੇਖੇ ਨੇ, ਅੱਜ ਤੋਂ 50 ਸਾਲ ਪਹਿਲਾਂ ਦੇ ਰਿਸ਼ਤੇ ਵੀ ਦੇਖੇ ਨੇ, 50 ਸਾਲ ਤੋਂ ਬਾਅਦ ਦੇ ਰਿਸ਼ਤੇ ਵੀ ਦੇਖੇ ਨੇ ਅਤੇ ਅੱਜ ਦੇ ਰਿਸ਼ਤੇ ਵੀ ਤੁਸੀਂ ਦੇਖ ਰਹੇ ਹੋ। ਇਹਨਾਂ ਰਿਸ਼ਤਿਆਂ ਦੇ ਵਿੱਚ ਕੀ ਤਬਦੀਲੀਆਂ ਆ ਰਹੀਆਂ ਨੇ? ਪਹਿਲਾਂ ਕਿਹੋ ਜਿਹੇ ਰਿਸ਼ਤੇ ਸੀਗੇ ਅਤੇ ਹੁਣ ਕਿਹੋ ਜਿਹੇ ਰਿਸ਼ਤੇ ਨੇ? ਦੁਬਾਰਾ ਕੀ ਹੋ ਗਿਆ? ਚਰਚਾ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ। ਜਿਵੇਂ ਕਿ ਮੈਂ ਤੁਹਾਡੇ ਨਾਲ ਬ੍ਰੇਕ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਸਾਡੇ ਵਿੱਚ ਇਸ ਸਮੇਂ ਮੌਜੂਦ ਨੇ ਪ੍ਰਿੰਸੀਪਲ ਪ੍ਰਿਤਪਾਲ ਸਿੰਘ ਭੰਡਾਰੀ। ਉਹਨਾਂ ਨੇ 30 ਸਾਲ ਤੱਕ ਬੱਚਿਆਂ ਨੂੰ ਵੀ ਪੜ੍ਹਾਇਆ ਅਤੇ ਉਮਰ ਦਾ ਵੀ ਵੱਡਾ ਤਜਰਬਾ ਹੈ। ਭੰਡਾਰੀ ਸਾਹਿਬ, ਸਭ ਤੋਂ ਪਹਿਲਾਂ ਤੁਸੀਂ ਇਹ ਮੈਨੂੰ ਦੱਸੋ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਹੈ ਅਤੇ ਇਹਦੇ ਨਾਲ ਜਿਹੜਾ ਹੈਗਾ ਤੁਹਾਡਾ ਤਜਰਬਾ ਵੈਸੇ ਵੀ ਹੈ, 3 ਪੀੜ੍ਹੀਆਂ ਦਾ ਤਜਰਬਾ ਹੈਗਾ, ਤੁਸੀਂ 50 ਸਾਲ ਪਹਿਲਾਂ ਕਿਸ ਤਰੀਕੇ ਦੇ ਨਾਲ ਜਿਹੜੇ ਸਾਡੇ ਮਾਂ ਪਿਓ ਸੀਗੇ, ਸਾਡੇ ਦਾਦਾ ਦਾਦੀ ਸੀਗੇ, ਉਹ ਕਿਸ ਤਰ੍ਹਾਂ ਦਾ ਵਿਵਹਾਰ ਕਰਦੇ ਸੀਗੇ, 50 ਸਾਲ ਤੋਂ ਬਾਅਦ ਸਾਡਾ ਕਿਹੋ ਜਿਹਾ ਆਪਣੇ ਬੱਚਿਆਂ ਨਾਲ ਵਿਵਹਾਰ ਰਿਹਾ ਅਤੇ ਅੱਜ ਕੱਲ੍ਹ ਇਹ ਵਿਵਹਾਰ ਕਿਹੋ ਜਿਹਾ ਅਤੇ ਐਜੂਕੇਸ਼ਨ ਦਾ ਵੀ ਸਿਸਟਮ ਕਿਹੋ ਜਿਹਾ, ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਕਿਹੋ ਜਿਹੇ ਰਿਸ਼ਤੇ ਸੀਗੇ ਅਤੇ ਹੁਣ ਕਿਹੋ ਜਿਹੇ ਨੇ? ਦਰਸ਼ਨ ਜੀ, ਸਭ ਤੋਂ ਪਹਿਲਾਂ ਤਾਂ ਟਾਈਮ ਟੀਵੀ ਦੇ ਦਰਸ਼ਕ ਅਤੇ ਚਰਚਾ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਪਤਵੰਤੇ ਸੱਜਣ ਜਿਹੜੇ ਨੇ, ਉਹਨਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹੁਣ ਤੁਸੀਂ ਗੱਲ ਕੀਤੀ, ਅੱਜ ਦਾ ਜਿਹੜਾ ਟੌਪਿਕ ਚੁਣਿਆ ਤੁਸੀਂ, ਇਸ ਵਾਸਤੇ ਤਾਂ ਤੁਸੀਂ ਵਧਾਈ ਦੇ ਪਾਤਰ ਹੋ, ਪਰ ਆਪਣੇ ਰਤਨਾ ਜੀ ਨੇ ਦੱਸਿਆ ਕਰ ਸਕਦੇ ਵੀ ਇਹ ਜੋ ਕੀਮਤਾਂ ਕਦਰਾਂ ਜਿਹੜੀਆਂ ਨੇ ਇਹ ਘਟਦੀਆਂ ਜਾ ਰਹੀਆਂ ਨੇ, ਨਿਘਾਰ ਆ ਰਿਹਾ। ਮੇਰੀ ਜਿਹੜੀ ਆਪਣੀ ਜਿਹੜੀ ਸੋਚਣੀ ਹੈ ਵੀ ਇਸ ਨੂੰ ਅਸੀਂ ਇਕੱਲੇ ਕਿਸੇ ਇੱਕ ਧਿਰ ਦੇ ਉੱਤੇ ਨਹੀਂ ਛੱਡ ਸਕਦੇ, ਇਹਦੇ ਵਿੱਚ ਕਈ ਧਿਰਾਂ ਜਿਹੜੀਆਂ ਨੇ ਉਹ ਸ਼ਾਮਿਲ ਹੁੰਦੀਆਂ ਨੇ। ਸਭ ਤੋਂ ਪਹਿਲਾਂ ਘਰ ਆਉਂਦਾ ਹੈ, ਫਿਰ ਸਕੂਲ ਆਉਂਦਾ ਹੈ, ਫਿਰ ਸਮਾਜ ਆਉਂਦਾ ਹੈ,
फिर उस तो बाद सरकार आ आप जो टोटली इन्ह सार्ठा करके देखिए सारे निगार आ गया। जे हम सब तो पहला मैं घर की गल करा तो जो एक लड़की असि व्याह के लिया घर तो दूजे चौथे दिन ही यह समझ लेंदी है भी मैनू वखरा करो, वह कलेश पाउन लग जाती अपने घर वाले नाल। हुण घर वाला जो मुंडा अपने मां बाप नाल इन्ने साल रहा वह सेवा भी उन्होंने करना चाहता है लेकिन घर दे विच कलेश होने करके उधर भी नहीं छड़ सकता, यानी वह दोनों पासे फस गया तो वह उतो समझ लो जिहड़ा घर का जिहड़ा कलेश है वह शुरू हो गया। उस तो मैं सिर्फ कल टच ही कर रहा सारे पॉइंट क्योंकि इन्ने थोड़े समय के यहोजा जिहड़ा तुसीं इन्ना गंभीर मसला लिया हैगा वह थोड़े समय च इसनूं एक्सप्लेन नहीं किया जा सकता। हुण स्कूलां दी गल करदे आ, पहला स्कूलों के जो अध्यापक क्लास जाता सी तो पहला बच्चों नू उस वेले दिया कदर कीमत बारे पहला कुछ ना कुछ जरूर दसता, पढ़ाई के नाल नाल उन्होंने जो अच्छी आदत ने माँ बाप की सेवा दी आदत ने वह सारा कुछ जो पुराने टीचर की गल कर हूँ भी सीगे। जिनी देर तक मैं रहा मल्टीपर्पज स्कूल या होर स्कूलों तो उदो भी सी अच्छे टीचर। फिर हम समाज की गल कर ली, आप समाज के देखो हम रतना साहब ने भी कहा, भगवंत जी ने भी कहा, डॉक्टर परमिंदर जी ने भी कहा भी हम बजुर्गों का की हाल, बजुर्ग जोड़े है वह अपने आप न बहुत ही नवेकला महसूस करते हैं क्योंकि उन्होंने बच्चे पहला तो बच्चे ही हूँ एक एक दो दो रह गए, ना तो मासिया रही ना भूआ रही ना चाचिया रहना है, तो हूँ आप गलबात कि करा तो वो जे साडे पेरेंट्स ने और जिन्हां कोले पिछला सारा भंडार है जिन्हां कोले पिछला जिन्ना जिन्नियां कदरां दा जिन्हों आप कह दिए सारा भंडार हैगा, लेकिन उन्होंने अगर वांझे कर दिए वखरे कर दिए तो फिर तो साडे कोल कुछ नहीं बचिया। तो ये जिहड़ा सिस्टम जिहड़ा चल रहा है वह तुहानूं भी पता हैगा भी समाज दे विच जिहड़ा हैगा बजुर्गों की की दुरदशा हो रही है। जे असीं बजुर्गों की दुर्दशा देखते हैं जदों तो फिर कदर कीमत कित्थे रह गईआं जी, रिश्तेदारियां कित्थे रह गईआं। और जेकर एक भैं पहला की हुंदा सीगा जदों प्रॉपर्टी की गल करदे सी घर दे विच तां भैणां जिहड़ियां ने उह लिख के दे दिंदियां सी भी असीं तां भरा नाल जिहड़ा हैगा उह असीं भरा नाल विचरना, असीं प्रॉपर्टी नाल नहीं विचरना, यह सारी प्रॉपर्टी जिहड़ी साडे भरा नूं दित्ती जावे। लेकिन हुण उसके उल्ट हुण की हुंदा हैगा हुण भैण आ गई जां उहदे घर वाले ला लो ते उह पहले ही मतलब अपना कलेश पाउण लग जांदे घरां च वी साडा तां हिस्सा सानूं दिओ जी, ते उस कानून भी इस तरह के बनते जा रहे हैगे ने जिथे मतलब कोई आपां की कहीए हुण कानून के बारे में कोई सरकारां ने इहदे विच ते ना ही सरकारां नूं इहदे कोई ध्यान हैगा, समाज के विच भी कोई ध्यान नहीं है, अपने गवांढ दे विच भी कोई कोई किसे नू कोई बहुता मुहब्बत पाउणा नहीं चाहुंदा, गवांढ दे विच भी असीं एक दूजे तो वक्खरा ही रहना चाहुंदे आ। असीं पहलां देखदे सीगे शाम नू लोक कट्ठे हुंदे सी गल्लां करदे सीगे एक दूजे दे दुख सुख विच जांदे सीगे, हुण तां कार्ड दे उत्ते ही पता लगदा जां मोबाइल दे उत्ते ही सुनेहा आउंदा जी फलाणे दा आ हो गया फलाणे दे घर आ हो गया, तां फिर असीं जाके जो भी अपने क्रिया करनी होंगी कर दे। सो इस तरीके दे नाल मेरा कहने का भाव यह है भी आप कल्ले कल्ले एक इंस्टीट्यूशन नू घर नू दोष नहीं दे सकते, स्कूल विद्या नू दोष नहीं दे सकते, सरकार नू या समाज नू, यह सारा कुछ रल गेडवा हो गया। बच्चे बाहर जा रहे ने उरे असीं खाली हो रहे हैगे आ। और दूसरी गल जिहड़ी बिल्कुल रतना साहब ने अज बिल्कुल ताजी गल की जी इन्होंने ने पर्ची भेजी भी अज 60 चाकू उस 13-14 साल के मुंडे ने उसके गर्दन के 60 चाकू मार के उसको मारता सिर्फ 350 रुपये पीते। तो फिर रोज भगवंत सिंह जी दस रहे ने रोज असं अखबारों च पढ़ते हैं टीविया देखते हैं बच्चे अपने प्यो न मार रहे है कि वास्ते पैसे वास्ते प्रॉपर्टी वास्ते कहदे लिए प्रॉपर्टी या पैसा वह नशियां वास्ते। अगर सरकार रुजगार का प्रबंध कर अगर लोगों
बिजी कर बच्चों तो मेरा ख्याल है भी ये जरा नशे का रुझान है ये भी घट जूगा। तनु दर्शन जी तुसी तो बहुत ज्यादा चर्चा दे रेंदे है हो चर्चा कराते भी रेंदे हो तुसी ये देखो भी ज्यादा क्राइम जदों बंदा कोई करता है वह नशे च करता तो नशा कदों करता है जदों जरा जो बवाल आ जाता है। जेकर किसी सही टाइम के उत्ते नौकरी मिल जाए मान लो मैं पढ़िया मेनू सही टाइम से नौकरी मिल गई मेरा जीवन सारा ठीक चला गया मेरा परिवार भी ठीक चला गया जे मैनू ना मिलते तो मेरा दिमाग तो फर्टाइल सी ना तो मैं पुठे पासे नू पै जाना सीगा। तो जिहड़ा हुण बच्चे पुठे पासियां नू पै रहे ने ए सिर्फ यही है जो मैं समझदा हां भी अगर रुजगार चाहे छोटा चाहे वड्डा। हाँ जी जी सर जी सर ठीक है भंडारी साहब। रतला साहब एक भंडारी साहब ने एक गल कही है कि जिहड़े पहला परिवार हुंदे सीगे ਉਹ ਵੱਡੇ ਪਰਿਵਾਰ ਹੁੰਦੇ ਸੀਗੇ ਕਿ ਹੁਣ ਜਿਹੜੇ ਪਰਿਵਾਰ ਬਿਲਕੁਲ ਛੋਟੇ ਛੋਟੇ ਰਹਿ ਗਏ ਛੋਟੇ ਛੋਟੇ ਦੇ ਵਿੱਚ ਵੀ ਇੱਕ ਇੱਕ ਦੋ ਦੋ ਬੱਚੇ ਰਹਿ ਗਏ ਆ ਉਹ ਵੀ ਕੋਈ ਨੌਕਰੀ ਬੰਗਲੌਰ ਕਰ ਰਿਹਾ ਹੈ ਕੋਈ ਅਮਰੀਕਾ ਚਲੇ ਕੈਨੇਡਾ ਚਲਿਆ ਗਿਆ ਤੇ ਇਸ ਗੱਲ ਕਰਕੇ ਵੀ ਪਿਛਲੇ ਦਿਨੀ ਇੱਕ ਖਬਰ ਆਈ ਸੀ ਬੜੀ ਮਾੜੀ ਖਬਰ ਸੀਗੀ ਤੇ ਇੱਕ ਬੱਚਾ ਅਮਰੀਕਾ ਦੇ ਵਿੱਚ ਰਹਿ ਰਿਹਾ ਉਹਨੂੰ ਪਤਾ ਹੀ ਨਹੀਂ ਮੇਰੀ ਮਾਂ ਦਾ ਕੀ ਹੋਇਆ ਤੇ ਜਦੋਂ ਉਹ ਵਾਪਸ ਆਇਆ ਉਹਦਾ ਮਾਂ ਦਾ ਕੰਕਾਲ ਮਿਲਿਆ ਘਰ ਦੇ ਵਿੱਚ ਤੇ ਇਸ ਤਰ੍ਹਾਂ ਦੇ ਤਾਂ ਅੱਜ ਕੱਲ੍ਹ ਜਿਹੜੇ ਮਾਂ ਪਿਓ ਦੇ ਰਿਸ਼ਤੇ ਨੇ ਭੈਣ ਭਰਾ ਦੇ ਰਿਸ਼ਤੇ ਨੇ ਜਿਵੇਂ ਆਪਣੇ ਭੰਡਾਰੀ ਸਾਹਿਬ ਨੇ ਵੀ ਕਿਹਾ ਹੈ ਕਿ ਭੈਣਾਂ ਵੱਲੋਂ ਜਿਹੜਾ ਪਹਿਲਾਂ ਲਿਖ ਕੇ ਦਿੱਤਾ ਜਾਂਦਾ ਹੁੰਦਾ ਸੀਗਾ ਵੀ ਸਾਡੇ ਵਾਸਤੇ ਭਰਾ ਜ਼ਰੂਰੀ ਹੈ ਪਰ ਹੁਣ ਕੀ ਹੈ ਉਹ ਕਹਿੰਦੇ ਜਾਇਦਾਦ ਜ਼ਰੂਰੀ ਹੈ। ਇਹ ਇਹ ਜਿਹੜਾ ਕੁਛ ਵਰਤਾਰਾ ਚੱਲ ਰਿਹਾ ਹੈ ਇਹ ਕਿੱਧਰ ਨੂੰ ਲੈ ਕੇ ਜਾ ਰਿਹਾ ਸਮਾਜ ਨੂੰ। ਜਿਹੜਾ ਪੈਂਡਾ ਸਮਾਜ ਨੇ ਤੈਅ ਕਰ ਲਿਆ ਆ ਉਸ ਤੋਂ ਹੁਣ ਅਸੀਂ ਇਹ ਕਹੀਏ ਕਿ ਅਸੀਂ ਤਕਨੀਕ ਨੂੰ ਛੱਡ ਕੇ ਤੇ ਵਾਪਸ ਪੁਰਾਣੇ ਸਮੇਂ 'ਚ ਚਲੇ ਜਾਈਏ ਇਹ ਤਾਂ ਹੋਣਾ ਨਹੀਂ ਜੇ। ਹੁਣ ਤੇ ਸਾਡੇ ਸਮਾਜ ਨੂੰ ਇਸ ਤਕਨੀਕ ਦੇ ਯੁੱਗ ਦੇ ਵਿੱਚ ਮੋਬਾਈਲ ਇੰਟਰਨੈਟ ਤੇ ਗਲੋਬਲਾਈਜੇਸ਼ਨ ਦੇ ਯੁੱਗ ਦੇ ਵਿੱਚ ਪੂੰਜੀਵਾਦ ਦੇ ਯੁੱਗ ਦੇ ਵਿੱਚ ਆਪਣੇ ਆਪ ਨੂੰ ਕਿੱਥੇ ਪਲੇਸ ਕਰਨਾ ਸਾਡੀ ਸਮੱਸਿਆ ਇਹ ਹੈਗੀ ਆ। ਮੇਰੇ ਮੁਤਾਬਕ ਜੋ ਮੈਂ ਸਮਾਜਿਕ ਵਿਗਿਆਨੀਆਂ ਨਾਲ ਗੱਲਬਾਤ ਕਰਦਾ ਰਹਿਣਾ ਮੈਂ ਸਮਝਦਾ ਕਿ ਸਾਡੇ ਵਿੱਚ ਜਿਹੜੀ ਕਮੀ ਆਈ ਹੈ ਉਹ ਆਈ ਹੈ ਕਮਿਊਨੀਕੇਸ਼ਨ ਦੀ। ਸਾਡੀ ਗੱਲਬਾਤ ਜਿਹੜੀ ਸੀ ਬਜ਼ੁਰਗਾਂ ਨਾਲ ਆਪਸ ਵਿੱਚ ਭੈਣ ਭਰਾਵਾਂ ਦੀ ਮਾਤਾ ਪਿਤਾ ਦੇ ਨਾਲ ਬੱਚਿਆਂ ਦਾ ਜਿਹੜੀ ਗੱਲਬਾਤ ਦੇ ਵਿੱਚ ਰਹਿਣਾ ਉਹ ਘੱਟ ਗਿਆ ਜਿਹਦਾ ਕਰਕੇ ਇੱਕ ਤਰੀਕੇ ਦੀ ਨਿਰਾਸ਼ਾ ਵੀ ਆਉਂਦੀ ਹੈ ਉਹਦੇ ਵਿੱਚ ਇੱਕ ਤਰੀਕੇ ਦਾ ਤੁਸੀਂ ਇਹ ਕਹਿ ਲਓ ਕਿ ਮਾਂ ਬਾਪ ਜਿਹੜੇ ਹੈਗੇ ਆ ਉਹ ਜੇ ਅਗਰ ਪ੍ਰਵਾਸ ਦੇ ਚੱਕਰ ਵਿੱਚ ਤੇ ਉਹ ਇੰਡੀਆ 'ਚ ਬੈਠੇ ਹੈਗੇ ਆ ਉਹਨਾਂ ਨੂੰ ਏਦਾਂ ਲੱਗਦਾ ਕਿ ਸਾਡੇ ਬੱਚੇ ਸਾਡੇ ਤੋਂ ਜਿਹੜੇ ਦੂਰ ਚਲ ਗਏ ਆ ਮਾਂ ਬਾਪ ਡਿਪਰੈਸ਼ਨ 'ਚ ਚਲ ਜਾਂਦੇ ਕਿਉਂਕਿ ਬੱਚਿਆਂ ਕੋਲ ਇੰਨਾ ਜ਼ਿਆਦਾ ਟਾਈਮ ਨਹੀਂ ਹੈ ਉਹਨਾਂ ਨਾਲ ਗੱਲਬਾਤ ਕਰਨ। ਅਗਰ ਬੱਚੇ ਕਿਤੇ ਵੀ ਜਾਣ ਮੈਂ ਕਹਿੰਦਾ ਜੇ ਬੱਚੇ ਤੁਹਾਡੇ ਪੜ੍ਹੇ ਲਿਖੇ ਨੇ ਉਹ ਇੰਡੀਆ ਵਿੱਚ ਵੀ ਬੰਬੇ ਬੈਂਗਲੌਰ ਕਲਕੱਤਾ ਵਿੱਚ ਜਾ ਕੇ ਅਗਰ ਨੌਕਰੀ ਕਰਦੇ ਤੇ ਤਾਂ ਉਹ ਕਿਹੜੇ ਜਿਹੜਾ ਹੈਗਾ ਫਿਜੀਕਲੀ ਤੁਹਾਡੇ ਕੋਲ ਰਹਿਣਗੇ ਪਰ ਉਹ ਟੈਲੀਫੋਨਿਕਲੀ ਆਪਣੇ ਮਾਂ ਬਾਪ ਦੇ ਨਾਲ ਹੁਣ ਬਹੁਤ ਵਧੀਆ ਤਰੀਕੇ ਨਾਲ ਸ਼ਾਮ ਨੂੰ ਜਾਂ ਸਵੇਰੇ ਜੋ ਵੀ ਟਾਈਮ ਫਿੱਟ ਆਉਂਦਾ ਉਹਦੇ 'ਚ ਗੱਲਬਾਤ ਕਰ ਸਕਦੇ ਆ। ਇੱਕ ਤਾਂ ਇਹ ਸਾਨੂੰ ਕਰਨਾ ਪਊਗਾ ਕਿ ਅਸੀਂ ਗੱਲਬਾਤ ਦੇ ਨਾਲ ਮਾਂ ਬਾਪ ਦੇ ਨਾਲ ਬਜ਼ੁਰਗਾਂ ਦੇ ਨਾਲ ਬੱਚੇ ਆਪਸ ਵਿੱਚ ਤਾਲਮੇਲ ਸਹੀ ਤਰੀਕੇ ਨਾਲ ਰੱਖਣ। ਦੂਸਰੀ ਗੱਲ ਇਹ ਕਿ ਜਿਹੜੇ ਮਾਂ ਬਾਪ ਹੈਗੇ ਨੇ ਉਹਨਾਂ ਨੂੰ ਬੱਚਿਆਂ ਵਾਸਤੇ ਖੁਦ ਮਿਸਾਲ ਬਣਨਾ ਪੈਣਾ। ਏਦਾਂ ਨਹੀਂ ਹੈ ਕਿ ਅਸੀਂ ਆਪ ਤਾਂ ਦੋ ਨੰਬਰੀ ਗੱਲਾਂ ਕਰੀਏ ਤੇ ਮੁੜ ਕੇ ਬੱਚਿਆਂ ਕੋਲੋਂ ਬਹੁਤ ਇਮਾਨਦਾਰੀ ਐਕਸਪੈਕਟ ਕਰੀਏ। ਬਹੁਤ ਸਾਰੇ ਬੱਚੇ ਪ੍ਰਵਾਸੀ ਬੱਚੇ ਜਿਹੜੇ ਉਹ ਆਪਣੇ ਮਾਂ ਬਾਪ ਨੂੰ ਉਹ ਗੱਲਾਂ ਦੱਸਦੇ ਹੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਡੇ ਮਾਂ ਬਾਪ ਨੇ ਪੰਜਾਬ 'ਚ ਬੈਠਿਆ ਇਹ ਗੱਲਾਂ ਪ੍ਰਵਾਨ ਹੀ ਨਹੀਂ ਕਰਨੀਆਂ ਜਿਹਨਾਂ ਹਾਲਾਤਾਂ ਵਿੱਚ ਅਸੀਂ ਰਹਿ ਰਹੇ ਹਾਂ ਜਾਂ ਅਸੀਂ ਜਿੰਨੀ ਮੁਸ਼ਕਲ 'ਚ ਆਏ ਆ। ਅਗਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੇਰਾ ਬੱਚਾ ਹੁਣ ਦੁਖੀ ਹੈਗਾ ਤੇ ਮੇਰੀ ਮਾਂ ਨੇ ਤਾਂ ਸਦਮੇ ਨਾਲ ਹੀ ਜਿਹੜਾ ਅੱਧੀ ਰਹਿ ਜਾਣਾ ਉਹਨੇ ਰੋਟੀ ਨਹੀਂ ਖਾਣੀ ਤੋ ਇਸ ਕਰਕੇ ਕਈ ਚੀਜ਼ਾਂ ਨੂੰ ਉਹ ਫਿਰ ਛਪਾਉਂਦੇ ਆ। ਹੁਣ ਅੱਗੇ ਜਾ ਕੇ ਕੀ ਹੋਇਆ ਕਿ ਅਸੀਂ ਕੁਝ ਲੋੜ ਤੋਂ ਜ਼ਿਆਦਾ ਲਾਲਚੀ ਵੀ ਹੋ ਗਏ ਦਿਖਾਵਾ ਕਰਦੇ। ਇਹ ਪੰਜਾਬੀਆਂ ਨੂੰ ਮਾਰ ਹੈ। ਮੈਂ ਕਈ ਵਾਰੀ ਤੁਹਾਡੇ ਪ੍ਰੋਗਰਾਮ ਦੇ ਵਿੱਚ ਵੀ ਕਿਹਾ ਇਹ ਪੰਜਾਬੀਆਂ ਨੂੰ ਇਸ ਫੁਕਰੇਪਣ ਤੋਂ ਦਿਖਾਵੇਪਣ ਤੋਂ ਆਪਣੇ ਆਪ ਨੂੰ ਖਹਿੜਾ ਛਡਾਉਣਾ ਪੈਣਾ ਜਿਹੜਾ ਅਸੀਂ ਸਿਰਫ ਤੇ ਸਿਰਫ ਲੋਕਾਂ ਨੂੰ ਖੁਸ਼ ਕਰਨ ਦੀ ਖਾਤਰ ਆਪਣੇ ਖਰਚੇ ਵਧਾਉਂਦੇ ਹਾਂ ਔਰ ਉਹਦੇ ਕਰਕੇ ਵੀ ਸਾਡੇ ਰਿਸ਼ਤਿਆਂ ਦੇ ਵਿੱਚ ਗੜਬੜ ਆਉਂਦੀ ਹੈਗੀ ਆ। ਪੁਰਾਣੇ ਸਮੇਂ ਦੇ ਵਿੱਚ ਅਸੀਂ ਵੀ ਦੇਖਿਆ ਅਸੀਂ ਤੇ ਜੀ ਪੈਦਲ ਜਾਂਦੇ ਹੁੰਦੇ ਸੀ ਸਕੂਲੇ ਸਾਈਕਲ
फिर आने भीमेंद्र जी जिहड़ा पहला समाज हुंदा सीगा जिवें भंडारी साहब ने कहा ते जदों गलियां दे विच देखदे सीगे गुआंढी एक दूजे नूं मिलदे सी कट्ठे बैठदे सीगे ते हुण जिहड़ा जिहड़ा कोठियां दा प्रबंध आया सिस्टम आया उहदे विच कोठियां दे विच असीं बंद हो के रह गए हां लॉक हो के रह गए हां असीं ਉਦੋਂ ਹੀ ਕਿਤੇ ਜਾਂਦੇ ਹਾਂ ਜਿਵੇਂ ਹੁਣ ਭੰਡਾਰੀ ਸਾਹਿਬ ਨੇ ਵੀ ਦੱਸਿਆ ਸਾਨੂੰ ਮੋਬਾਈਲ ਤੇ ਹੀ ਪਤਾ ਲੱਗਦਾ ਵੀ ਫਲਾਣੇ ਦੇ ਘਰ ਆਹ ਘਟਨਾ ਵਾਪਰ ਗਈ ਜਾਂ ਉਹਦੇ ਵਿਆਹ ਹੋ ਗਿਆ ਜਾਂ ਕੋਈ ਵੀ ਚੀਜ਼ ਹੋ ਗਈ ਹੈ ਸਾਨੂੰ ਸਿਰਫ ਇਸ ਤਰ੍ਹਾਂ ਹੀ ਪਤਾ ਲੱਗਦਾ ਤੇ ਇਹ ਵੀ ਹੈ ਕਿ ਕੁਛ ਕਾਰਨ ਹੈ ਵੀ ਜਿਹਦੇ ਕਰਕੇ ਜਿਹੜਾ ਹੈਗਾ ਸਾਡਾ ਅਸੀਂ ਸਮਾਜ ਦੇ ਵਿੱਚ ਬਿਲਕੁਲ ਇੰਟਰੋਵਰਟ ਬਣਦੇ ਜਾ ਰਹੇ ਹਾਂ ਤੇ ਇੱਕ ਦੂਜੇ ਨੂੰ ਘੱਟ ਮਿਲਦੇ ਹੈ ਬਿਲਕੁਲ ਦੇਖੋ ਜਿਉਂ ਜਿਉਂ ਮੰਡੀ ਦਾ ਪ੍ਰੈਸ਼ਰ ਵਧੇਗਾ ਸਮਾਜ ਦੇ ਵਿੱਚ ਇਹ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਇੱਕ ਪਾਸੇ ਜਿਹੜੀ ਮੰਡੀ ਹੈ ਉਹ ਸਾਨੂੰ ਸਾਡੇ ਵਿੱਚ ਲੋੜਾਂ ਪੈਦਾ ਕਰਦੀ ਹੈ ਸਾਡੇ 'ਚ ਉਹ ਇਕੱਲੀਆਂ ਲੋੜਾਂ ਨਹੀਂ ਜਿਹੜੇ ਮੈਨੂੰ ਲੱਗਦਾ ਹੈ ਕਿ ਜਿਹੜੀ ਗਰੀਡ ਹੈ ਇੱਕ ਹੁੰਦਾ ਲੋੜ ਤੇ ਇੱਕ ਹੁੰਦਾ ਗਰੀਡ ਔਰ ਨੀਡ ਦੇ ਵਿੱਚ ਫਰਕ ਹੈ ਸੋ ਜਿਹੜੀ ਗਰੀਡ ਭੁੱਖ ਪੈਦਾ ਕਰਦੀ ਹੈ ਚੀਜ਼ਾਂ ਨੂੰ ਵਸਤਾਂ ਨੂੰ ਇਕੱਠੀ ਕਰਨ ਦੀਆਂ ਔਰ ਇਹਦੇ ਨਾਲ ਕੀ ਹੁੰਦਾ ਕਿ ਮਨੁੱਖ ਦੇ ਵਿੱਚ ਇੱਕ ਨੇਸ਼ਨ ਪੈਦਾ ਹੁੰਦੀ ਹੈ ਇਹ ਇਹਦਾ ਫਨੋਮਨਾ ਹੈ ਜਿਹੜਾ ਕਾਰਲ ਮਾਰਕਸ ਨੇ ਸਾਨੂੰ ਇੱਕ ਫਨੋਮਨਾ ਦਿੱਤਾ ਹੈ ਥਿਊਰੀ ਆਫ ਐਲੀਨੇਸ਼ਨ ਐਲੀਨੇਸ਼ਨ ਦਾ ਮਤਲਬ ਹੈ ਕਿ ਹੌਲੀ ਹੌਲੀ ਪਹਿਲਾਂ ਬੰਦਾ ਸਮਾਜ ਨਾਲੋਂ ਟੁੱਟਦਾ ਹੈ ਫਿਰ ਸਮਾਜ ਨਾਲੋਂ ਟੁੱਟਦਾ ਟੁੱਟਦਾ ਹੌਲੀ ਹੌਲੀ ਆਪਣੇ ਆਪ ਤੋਂ ਵੀ ਟੁੱਟ ਜਾਂਦਾ ਹੈ ਔਰ ਨਤੀਜਾ ਕੀ ਨਿਕਲਦਾ ਹੈ ਫਿਰ ਉਹ ਸੂਸਾਈਡਲ ਜਿਹੜੀਆਂ ਟੈਂਡੈਂਸੀਜ਼ ਪੈਦਾ ਹੁੰਦੀਆਂ ਨੇ ਤੁਸੀਂ ਦੇਖਿਆ ਹੋਏਗਾ ਚਾਹੇ ਉਹ ਕਿਸਾਨ ਹੋਣ ਚਾਹੇ ਛੋਟੇ ਛੋਟੇ ਬੱਚੇ ਹੋਣ ਬੱਚਿਆਂ ਦਾ ਤੁਸੀਂ ਦੇਖਿਆ ਹੋਏਗਾ ਕਿ ਜੇ ਇੱਕ ਨੰਬਰ ਵੀ ਕਿਸੇ ਦਾ ਘੱਟ ਜੇ ਨਾਲ ਦੀ ਨਾਲ ਸੂਸਾਈਡ ਹੋ ਜਾਂਦੀ ਹੈ ਜਾਂ ਉਹਦੇ ਨੰਬਰ ਕਿਵੇਂ ਨਾ ਕਿਵੇਂ ਘੱਟ ਆ ਜਾਣ ਜਾਂ ਕੋਈ ਹੋਰ ਕੋਈ ਕਾਰਨ ਛੋਟੇ ਛੋਟੇ ਹੋ ਜਾਣ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਜਿਸ ਫਿਨੋਮਨੇ ਦੇ ਵਿੱਚ ਆਪਾਂ ਅੱਜ ਰਹਿ ਰਹੇ ਹਾਂ ਜਿਸ ਪ੍ਰਬੰਧ ਦੇ ਵਿੱਚ ਆਪਾਂ ਰਹਿ ਰਹੇ ਹਾਂ ਜਿਸ ਮੰਡੀ ਦੇ ਵਿੱਚ ਆਪਾਂ ਰਹਿ ਰਹੇ ਹਾਂ ਉਹ ਮੰਡੀ ਤੁਹਾਨੂੰ ਆਪਣੇ ਆਪ ਨਾਲ ਅਲਗਾਓ ਪੈਦਾ ਕਰਦੀ ਹੈ ਔਰ ਉਹ ਅਲਗਾਓ ਜਿਹੜਾ ਹੈਗਾ ਖੁਦਕਸ਼ੀ ਵੱਲ ਸਾਨੂੰ ਲੈ ਕੇ ਜਾਂਦਾ ਹੈ ਸਾਨੂੰ ਇਕੱਲੇਪਨ ਵੱਲ ਲੈ ਕੇ ਜਾਂਦਾ ਹੈ ਸਾਨੂੰ ਇੱਕ ਦੂਜੇ ਨਾਲ ਤੋੜਦਾ ਹੈ ਸੋ ਜਿੰਨੀ ਦੇਰ ਇਹ ਸਾਰੀਆਂ ਚੀਜ਼ਾਂ ਰਹਿਣਗੀਆਂ ਉਨੀ ਦੇਰ ਇਹ ਫਨੋਮਨਾ ਵੀ ਰਹੇਗਾ ਚਾਹੇ ਤੁਸੀਂ ਸਭ ਤੋਂ ਜ਼ਿਆਦਾ ਤੇਜ਼ੀ ਦੇ ਨਾਲ ਸੂਸਾਈਡ ਜਿਹੜੇ ਜਿਹੜੇ ਮੁਲਕ ਦੇ ਵਿੱਚ ਹੋਏ ਨੇ ਉਹ ਜਾਪਾਨ ਹੈ ਔਰ ਬਾਅਦ ਦੇ ਵਿੱਚ ਅਮਰੀਕਾ ਹੈ ਸੋ ਇਹ ਸਾਰੇ ਜਿਹੜੇ ਵੱਡੇ ਮੁਲਕ ਸਾਨੂੰ ਦਿਖ ਰਹੇ ਨੇ ਚੱਕਾ ਚੌਂਹ ਸਾਨੂੰ ਦਿਖ ਰਹੀ ਹੈ ਇਹਦੇ ਪਿੱਛੇ ਜਿਹੜੀ ਕੰਮ ਕਰਦੇ ਜਿਹੜਾ ਫਨੋਮਨਾ ਪ੍ਰਬੰਧ ਹੈ ਉਹ ਸਾਨੂੰ ਬਹੁਤ ਹੀ ਖਤਰਨਾਕ ਪਾਸੇ ਵੱਲ ਲੈ ਕੇ ਜਾ ਰਿਹਾ ਜੇਕਰ ਅਸੀਂ ਇਹਨਾਂ ਮੁਲਕਾਂ ਦੀ ਜੇ ਅਸੀਂ ਅਮਰੀਕਾ ਦੀ ਪੱਛਮ ਦੀ ਨਕਲ ਕਰਾਂਗੇ ਤਾਂ ਲਾਜ਼ਮੀ ਤੌਰ ਤੇ ਸਾਡਾ ਸਮਾਜ ਵੀ ਉਦਾਂ ਵੱਧ ਰਿਹਾ ਜੀ ਜੀ ਗੱਲ ਇਹ ਹੈ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਇਹ ਜਿਹੜੀ ਚੱਕਾ ਚੌਂਦ ਹੈ ਇਹ ਚੱਕਾ ਚੌਂਦ ਸਾਨੂੰ ਨਜ਼ਰ ਤਾਂ ਆਉਂਦੀ ਹੈ ਪਰ ਅੰਦਰ ਖੋਖਲਾਪਣ ਹੈ ਖੋਖਲੇਪਣ ਨੇ ਸਾਨੂੰ ਅਲੱਗ ਥਲੱਗ ਕਰਕੇ ਰੱਖ ਦਿੱਤਾ ਹੈ ਅਸੀਂ ਬਿਲਕੁਲ ਇਕੱਲੇ ਪੈਂਦੇ ਜਾ ਰਹੇ ਹਾਂ ਇਕੱਲੇ ਪੈਂਦੇ ਜਾ ਰਹੇ ਹਾਂ ਉਸੇ ਤਰੀਕੇ ਦੇ ਨਾਲ ਰਿਸ਼ਤੇ ਬਣਦੇ ਜਾ ਰਹੇ ਨੇ ਉਸੇ ਤਰੀਕੇ ਨਾਲ ਸੁਸਾਈਡ ਹੋ ਰਹੀਆਂ ਨੇ ਤੇ ਦੂਜਾ ਪਾਸਾ ਇਹ ਵੀ ਹੈ ਕਿ ਅੱਜ ਕੱਲ੍ਹ ਮਾਂ ਪਿਓ ਵੱਲੋਂ ਆਪਣੇ ਬੱਚਿਆਂ ਦੇ ਉੱਤੇ ਬਹੁਤ ਦਬਾਅ ਪਾਇਆ ਜਾ ਰਿਹਾ ਹੈ ਕੋਰਟਾਂ ਦੇ ਵਿੱਚ ਕੀ ਹੋ ਰਿਹਾ ਹੈ ਸੁਸਾਈਡ ਲਗਾਤਾਰ ਬੱਚੇ ਸੁਸਾਈਡ ਕਰ ਰਹੇ ਨੇ ਸੁਪਰੀਮ ਕੋਰਟ ਨੇ ਵੀ ਇਸ ਗੱਲ ਦੇ ਉੱਤੇ ਚਿੰਤਾ ਪ੍ਰਗਟ ਕੀਤੀ ਹੈ ਡਾਕਟਰ ਭਗਵੰਤ ਸਿੰਘ ਜੀ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਅਸੀਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੇ ਹਾਂ ਜਿਸ ਤਰੀਕੇ ਦੇ ਨਾਲ ਅਸੀਂ ਉਹਨਾਂ ਦੇ ਉੱਤੇ ਦਬਾਅ ਪਾ ਰਹੇ ਹਾਂ ਜਿਸ ਤਰੀਕੇ ਨਾਲ ਅਸੀਂ ਉਹਨਾਂ ਤੇ ਨਿਵੇਸ਼ ਕਰ ਰਹੇ ਹਾਂ ਜਦੋਂ ਨਿਵੇਸ਼ ਕਰਦੇ ਹਾਂ ਤਾਂ ਅਸੀਂ ਉਹਨਾਂ ਤੋਂ ਐਕਸਪੈਕਟ ਵੀ ਇਹੀ ਕਰਦੇ ਹਾਂ ਕਿ ਮੋੜਵੇਂ ਤੌਰ ਤੇ ਉਹ ਇਸੇ ਤਰੀਕੇ ਦੇ ਨਾਲ ਸਾਨੂੰ ਪੇ ਕਰਨ ਇਹ ਵੀ ਕਾਰਨ ਹੈ ਕਿ ਸਾਡੇ ਜਿਹੜੇ ਰਿਸ਼ਤੇ ਨੇ ਉਹਨਾਂ ਦੇ ਵਿੱਚ ਨਿੱਘ ਨਹੀਂ ਹੈਗੀ ਜਿਵੇਂ ਕਿ ਭੀਮਿੰਦਰ ਜੀ ਨੇ ਕਿਹਾ ਕਿ ਮੰਡੀ ਦਾ ਜਿਹੜਾ ਸਭ ਤੋਂ ਵੱਡਾ ਮਾਰੂ ਅਸਰ ਹੋ ਰਿਹਾ ਸਾਡੇ ਜਿਹੜੇ ਜੁਆਇੰਟ ਪਰਿਵਾਰ ਸੀ ਉਹ ਟੁੱਟ ਚੁੱਕੇ ਨੇਗੇ ਇਕੱਲੇ ਛੋਟੇ ਪਰਿਵਾਰ ਅਸੀਂ ਬਣਾ ਲਏ ਨੇ ਤੇ ਉਹਦੇ ਵਿੱਚ ਅਸੀਂ ਪਰਵਰਿਸ਼ ਬੱਚਿਆਂ ਦੀ ਕਰ ਰਹੇ ਹਾਂ ਤੇ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਦੀ ਉਹਦੇ ਚ ਦੇਖਦੇ ਹਾਂ ਵੀ ਇਹਨਾਂ ਨੂੰ ਸਭ ਤੋਂ ਸਿਖਰ ਪਹੁੰਚਾ ਦੇਵਾਂਗੇ ਪਰੰਤੂ ਜੋ ਹੋਇਆ ਪਿਛਲੇ ਸਮੇਂ ਦੇ ਦੌਰਾਨ ਜਦਕਿ ਜੁਆਇੰਟ ਫੈਮਿਲੀ ਹੀ ਸੀ ਤੇ ਇੱਕ ਬਜ਼ੁਰਗ ਦੀ ਸਾਰੀ ਸਰਦਾਰੀ ਚੱਲਦੀ ਸੀ ਤੇ ਜਿਸ ਤਰ੍ਹਾਂ ਕਿ ਕਿਸਾਨੀ ਦੇ ਵਿੱਚ ਵੀ ਮੈਂ ਹੁਣ ਦੱਸਦਾ ਜਿਹੜਾ ਕਿਸਾਨੀ ਦਾ ਸੰਕਟ ਵੀ ਹੈ ਹੁਣ ਮੈਂ ਪਿੰਡ ਦੇ ਵਿੱਚ ਰਹਿਣਾ ਮੈਨੂੰ ਪਤਾ ਪਿੰਡਾਂ ਦੇ ਵਿੱਚ ਇੱਕ ਪਰਿਵਾਰ ਦੇ ਪਾਸ ਮੇਰੇ ਬਹੁਤ ਨੇੜੇ ਦੇ ਮਿੱਤਰ ਨੇ ਉਹ ਛੇ ਭਰਾ ਸੀ ਉਹਨਾਂ ਦਾ ਇਕੱਠਾ ਉਹਨਾਂ ਦਾ ਪਰਿਵਾਰ ਸੀਗਾ ਚੱਲਦਾ ਸੀ ਇੱਕ ਟਰੈਕਟਰ ਨਾਲ ਕੰਮ ਚਲਾਉਂਦੇ ਸੀ ਉਸ ਵੇਲੇ ਉਦੋਂ ਮਸ਼ੀਨਰੀ ਵੀ ਛੋਟੀ ਹੁੰਦੀ ਸੀ ਪਰੰਤੂ ਹੁਣ ਹੁਣ ਜਿਹੜੀ ਹੈਗੀ ਘੱਟੋ ਘੱਟ 10 ਲੱਖ ਤੋਂ ਘੱਟ ਕੋਈ ਟਰੈਕਟਰ ਨਹੀਂ ਆਉਂਦਾ ਤੇ ਉਹਦੇ ਨਾਲ 15 ਲੱਖ ਦੀ ਹੋਰ ਮਸ਼ੀਨਰੀ ਵੀ ਹੈ ਜਿਹਦਾ ਕੰਮ ਸਿਰਫ
पांच या सत दिन वो तो वो बिजाई वेले पैना है जो बड़ी मशीनरी है होर लोड़ नहीं वो परिवार के छे इस तरह दशीनरी आ गई इन्ने लख रुपया उन्होंने ब्लॉक होया हो सिर्फ वो संभालने वास्ते है तो बच्चे उन्होंने बाहर जा रहे हैं कि इतने बजुर्गों ने की करना तो समाज के किस तरह का असामापन पैदा हो गया ये मंडी ने इन्नी कु लोड़ पैदा करती चका चौधरे ये दिखाता भी बस ये होनी चाहिए यह होनी चाहिए बिना सोचे समझे साडा समाज इस पासे नूं जा रहा है जेकर संयुक्त रूप के चलाया जाए तो उहदे विच साडियां लोड़ां भी सीमित होणगियां ते असीं समाज के सहज भी रहांगे तो अशांति तो भी बचे रहांगे। हुण ये कारण की ने असहजता पैदा हो रही है अशांति पैदा हो रही है टुट रहे हैं रिश्ते टुट रहे ने दिखावा दूसरे नूं दूसरे का दिखावा फिर अपने खर्चे बेलोड़े बधाए जदों उन्हां दा स्ट्रेस पैंदा है ते फिर सुइसाइड वल नूं वधदे आंगे। ये परिवारक जिहड़ा सारा ताणा बाणा जिहड़ा समाजीकरण टुट रहा हैगा ये मंडी दा एडा प्रैशर पा दिता उन्होंने आम व्यक्ति इहनूं फेस करन दी समर्था दे विच नहीं है। दूसरा क्योंकि कल्ले इस उहदे विच नहीं पाया सारे खेत्रां दे विच पा दिता हैगा ते एजुकेशन दे विच पा दिता है साढ़े धार्मिक खेत्रां दे विच भी इस तरह का साडा किस तरह का तुसीं देखो भी किस तरह की उन्होंने स्कीमां आउंदियां ने फलानी जगह के उपर इस तरह का एक बड़ा माहौल बनाया जाना जिहदे विच तुहानूं बेचे जाणगे जिहदे विच तुसीं इनवैसटमेंट करो इनवैसटमेंट प्लान आ जाती है तो बंदा की करूगा जिथे धर्म के इस तरह की आ रही है। किसी वेले साढ़े धार्मिक स्थान जिहड़े बने हुए सी गुरद्वारा मंदिर मस्जिदां उन्हां दे विच ही चिकित्सा भी थी पढ़ाई भी कराई जाती सी ते लोकां नूं रूहानीयत दा प्रकाश भी दिता जांदा सी परंतु हुण उह सारियां चीज़ां उल्ट हो गईयां नेगियां जिस तरह के महाराजा रणजीत सिंह दे राज वेले इह सीगा भी जे गुरद्वारा जां मंदिर बनाउणा तां उत्थे स्कूल जरूर बनाया जाऊगा पढ़ाया जाऊगा उत्थे दवाई भी दित्ती जाऊगी। साडे पंजाब दे विच निर्मले डेरे सीगे जगह जगह उत्थे महाराजा ठीक है। भगवंत सिंह जी नाल साडा थोड़ा संपर्क कटिया गया। भंडारी साहब जिवें मंडी दी गल चली है मंडी तो भाव पदार्थ जिहड़ा पदार्थवादी सोच बन चुकी है इस सोच ने सानू बिल्कुल ही अलग थलग कर दिता साडे रिश्ते जिहड़े हैगे आ टुटण लग गए ते इस पदार्थ ने साडे विच खुंदका पैदा कर दित्तियां जिहड़े खरड़ दे विच कतल होया ओ कतल दे विच इही सीगा कि भरा ने बड़ी शानदार कोठी पा ली ते इस खुंदक दे विच उसने पहला उसके 10 लाख रुपये चोरी किए जो फड़िया गया फिर होर ज्यादा खुंदक पैदा कर दी फिर बाद अपने भरा भरजाई भतीजे कतल कर दिता। इस तरीके होर भी बड़ा कुछ होंगे कई साजिशा भी चलद रहा साजिशा तो बचने वास्ते एक समा होंगा साडे दादा दादी सानू पाठ पढ़ाते साडे बच्चों गुरु ग्रंथ साहब के लड़ लाते या मंदिर लैके जाते कितने भी लैके जाते पर अज वह असी वर्तारा नहीं देख रहे तो यह भी एक कारण है कि जिहड़ा असी धर्म के नाल टुट रहे हैं तो धर्म नाल टुटन करके भी साडे रिश्ते इस तरह बिगड़ रहे हैं। दर्शन जी तुसीं बिल्कुल सही कहा जो साडे दादा दादी वगैरा साडे नाल रहिंदे सीगे मैनू याद आई इह गल जो मेरी दादी हुंदी सी असीं संत नगर रहिंदे हुंदे सीगे ते दुखनवार साहब कथा चलदी सी शाम नूं असीं उह समां डीकदे रहिंदे सीगे उदों 4 बजण असीं इक दो भरा वड्डे इक्को जिहड़े हुंदे सीगे बच्चे तां असीं 5-6-7 सीगे लेकिन इक्को जिहड़े हुंदे सी असीं उह समां देखदे सीगे ਵੀ ਹੁਣ 4 ਕਦੋਂ ਵੱਜਣਗੇ ਅਸੀਂ ਦਾਦੀ ਸਾਡੇ ਨਾਲ ਜਾਵਾਂਗੇ ਔਰ ਜਾਂਦੇ ਜਾਂਦੇ ਦਾਦੀ ਨੇ ਸਾਨੂੰ ਅੱਛੀ ਅੱਛੀ ਨੈਚੁਰਲੀ ਗੱਲ ਹੁੰਦੀ ਹੈ ਵੀ ਜਿੰਨੀ ਦੇਰ ਅਸੀਂ ਬਜ਼ੁਰਗਾਂ ਦੇ ਕੋਲੇ ਰਵਾਂਗੇ ਤਾਂ ਉਹ ਅੱਛੀਆਂ ਗੱਲਾਂ ਹੀ ਉਹਨਾਂ ਤੋਂ ਸਿੱਖਦੇ ਰਵਾਂਗੇ। ਆਹੀ ਗੱਲ ਹੋ ਰਹੀ ਹੈ ਨਾ ਸਾਡੀਆਂ ਰਿਸ਼ਤਿਆਂ ਵਿੱਚ ਕਮੀ ਆਉਣ ਦਾ ਵੱਡਾ ਕਾਰਨ ਇਹ ਹੈ ਵੀ ਅਸੀਂ ਬਜ਼ੁਰਗਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ ਅਸੀਂ ਆਪਣੇ ਕਮਰਿਆਂ 'ਚ ਆ ਕੇ ਵੜ ਜਾਂਦੇ ਹਾਂ ਜੇ ਡਿਊਟੀ ਤੋਂ ਵੀ ਆਏ ਵੜ ਕੇ ਬਜ਼ੁਰਗ ਵਿਚਾਰੇ ਇਕੱਲੇ ਊਂ ਵੀ ਤਰਸਦੇ ਰਹਿੰਦੇ ਨੇ ਤੇ ਨਾ ਹੀ ਅਸੀਂ ਕੋਈ ਗੱਲਾਂ ਕਰਦੇ ਰਹਿੰਦੇ ਹਾਂ। ਮੈਂ ਤੁਹਾਨੂੰ ਹੁਣ ਤੁਸੀਂ ਕਹੋਗੇ ਆਪਣੀ ਗੱਲ ਕਰਦੇ ਆ ਮੈਂ ਜੇ ਹੁਣ ਸਾਡੇ ਫਾਦਰ ਸਾਹਿਬ ਸਾਡੇ ਨੇੜੇ ਹੀ ਰਹਿੰਦੇ ਨੇ ਜੇ 5-7-10 ਦਿਨ ਦਾ ਗੈਪ ਪੈ ਜੇ ਨਾ ਫਿਰ ਉਹ ਟੈਲੀਫੋਨ ਕਰ ਦਿੰਦੇ ਨੇ ਮੈਨੂੰ ਵੀ ਯਾਰ ਤੂੰ ਕੀ ਗੱਲ ਹੋ ਗਈ ਜ਼ਿਆਦਾ ਹੀ ਬਿਜ਼ੀ ਹੋ ਗਿਆ ਪੁਰਾਣਾ ਹੋ ਗਿਆ ਤਾਂ ਫਿਰ ਸਾਨੂੰ ਯਾਨੀ ਉਹਨਾਂ ਨੂੰ ਵੀ ਮਹਿਸੂਸ ਹੁੰਦਾ ਹੈਗਾ ਵੀ ਮੈਂ ਕਿਹਦੇ ਨਾਲ ਗੱਲਾਂ ਕਰਾਂ ਜਾ ਕੇ ਤੇ ਸਾਨੂੰ ਵੀ ਮਹਿਸੂਸ ਹੁੰਦਾ ਹੈ। ਸੋ ਇਹ ਬਜ਼ੁਰਗਾਂ ਦਾ
ਬਜ਼ੁਰਗਾਂ ਦੇ ਨਾਲ ਤਾਲਮੇਲ ਰਹਿਣਾ ਇਹ ਸਮਾਜ ਦੇ ਵਿੱਚ ਬਹੁਤ ਜ਼ਰੂਰੀ ਹੈ, ਜਿਨ੍ਹਾਂ ਵਿੱਚ ਬਜ਼ੁਰਗ ਹੈਗੇ ਨੇ। ਮੈਂ ਪਹਿਲਾਂ ਹੀ ਗੱਲ ਕਰਕੇ ਹਟਿਆ ਸੀਗਾ ਵੀ ਜਦੋਂ ਲੇਡੀਜ਼ ਮੁੰਡਾ ਵਿਆਹੁੰਦੇ ਆ ਤਾਂ ਲੜਕੀ ਆਉਂਦੇ ਸਾਰ ਹੀ ਕਹਿਣ ਲੱਗ ਜਾਂਦੀ ਹੈ ਵੀ ਇਹ ਵੱਖਰੇ ਹੋ ਜਾਓ, ਹਾਲਾਂਕਿ ਉਸਨੂੰ ਬਾਅਦ ਵਿੱਚ ਪਛਤਾਵਾ ਵੀ ਹੁੰਦਾ ਹੋਊਗਾ ਵੀ ਇਹ ਬਜ਼ੁਰਗ ਤਾਂ ਘਰ ਦਾ ਜੰਦਾ ਨੇ, ਜਦੋਂ ਮਰਜ਼ੀ ਤੁਸੀਂ ਡਿਊਟੀ ਤੇ ਜਾਓ, ਜਦੋਂ ਮਰਜ਼ੀ ਡਿਊਟੀ ਤੋਂ ਆਓ, ਤੁਹਾਡੇ ਬੱਚਿਆਂ ਨੂੰ ਉਹਨਾਂ ਨੇ ਸਾਂਭਣਾ ਹੈਗਾ, ਉਹ ਬੱਚਿਆਂ ਨੂੰ ਆਉਂਦੇ ਸਾਰ ਉਹਨਾਂ ਨੇ ਗੱਡੀ ਤੋਂ ਲਾਉਣਾ ਹੈਗਾ, ਬੱਚਿਆਂ ਨੂੰ ਉਹ ਖਾਣ ਪੀਣ ਵਾਸਤੇ ਪਾਣੀ ਦੇਣਾ, ਫਲਾਣਾ ਕਰਨਾ, ਤਾਂ ਉਹ ਕਿੰਨੀ ਬੱਚੇ ਮਤਲਬ ਫਾਈਨੈਂਸ਼ੀਅਲੀ ਚਲੋ ਨਹੀਂ ਕਈ ਸਾਰੇ ਮਾਂ ਬਾਪ ਨਹੀਂ ਸਾਊਂਡ ਹੋਣਗੇ, ਲੇਕਿਨ ਫਿਜ਼ੀਕਲੀ ਤਾਂ ਕਿੰਨੀ ਮਦਦ ਕਰਦੇ ਨੇ ਜੀ। ਤਾਂ ਇਹ ਇਹ ਮਤਲਬ ਇਹ ਤਾਂ ਗੱਲ ਹੋ ਗਈ ਬਜ਼ੁਰਗਾਂ ਵਾਲੀ ਗੱਲ। ਹੁਣ ਰਹਿ ਗਈ ਗੱਲ ਆਪਣੀ ਚੱਕਾ ਚੌਂਦ ਵਾਲੀ, ਡਾਕਟਰ ਭੀਮਿੰਦਰ ਜੀ, ਭੰਡਾਰੀ ਸਾਹਿਬ, ਸਮੇਂ ਦੀ ਕਮੀ ਹੈ। ਤੁਸੀਂ ਜਿਹੜੀ ਇੱਕ ਗੱਲ ਕਹੀ ਹੈ ਕਿ ਬਜ਼ੁਰਗਾਂ ਦਾ ਜਿਹੜਾ ਬਹੁਤ ਹੀ ਜ਼ਿਆਦਾ ਵੱਡਾ ਹੱਥ ਹੁੰਦਾ ਹੈ ਸਮਾਜ ਨੂੰ, ਸਾਡੇ ਰਿਸ਼ਤਿਆਂ ਨੂੰ ਅੱਗੇ ਲੈ ਕੇ ਜਾਣ ਦਾ। ਇਹਦੇ ਨਾਲ ਨਾਲ ਖਾਸ ਤੌਰ ਤੇ ਸਾਡੀਆਂ ਜਿਹੜੀਆਂ ਸਾਡੀਆਂ ਆਪਣੀਆਂ ਕਦਰਾਂ ਕੀਮਤਾਂ ਨੇ, ਜੇਕਰ ਅਸੀਂ ਇਹਨਾਂ ਕਦਰਾਂ ਕੀਮਤਾਂ ਅਨੁਸਾਰ ਚੱਲਦੇ ਹਾਂ ਤਾਂ ਸਾਡੇ ਜਿਹੜੇ ਰਿਸ਼ਤੇ ਨੇ ਵਧੀਆ ਰਹਿ ਸਕਦੇ, ਕਾਇਮ ਰਹਿ ਸਕਦੇ ਨੇ। ਪਰ ਕੁਛ ਹਾਲਾਤ ਇਹੋ ਜਿਹੇ ਨੇ, ਕੁਛ ਤਕਨੀਕਾਂ ਇਹੋ ਜਿਹੀਆਂ ਨੇ, ਕੁਛ ਜਿਹੜੇ ਆਰਥਿਕ ਸਾਧਨ ਇਹੋ ਜਿਹੇ ਬਣ ਗਏ ਨੇ, ਸਾਨੂੰ ਮਾਲ ਦੇ ਆਲੇ ਦੁਆਲੇ, ਮੌਲ ਦੇ ਆਲੇ ਦੁਆਲੇ ਘੁਮਾ ਕੇ ਰੱਖ ਦਿੱਤਾ, ਤੇ ਇਸ ਗੱਲ ਕਰਕੇ ਸਾਡੇ ਰਿਸ਼ਤੇ ਵੀ ਇਸੇ ਤਰੀਕੇ ਦੇ ਨਾਲ ਬਣਦੇ ਜਾ ਰਹੇ ਨੇ। ਰਤੜਾ ਸਾਹਿਬ, ਇਹ ਭੰਡਾਰੀ ਸਾਹਿਬ, ਭਗਵੰਤ ਸਿੰਘ ਜੀ ਤੇ ਭੀਮਿੰਦਰ ਸਿੰਘ ਜੀ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਆਪਣੇ ਵਿਚਾਰ ਦਿੱਤੇ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਇਸ ਚਰਚਾ ਨੂੰ ਅਕਸਰ ਹੀ ਕਾਮਯਾਬ ਬਣਾਉਂਦੇ ਨੇ ਤੇ ਇਸ ਚਰਚਾ ਨੂੰ ਖੁੰਡ ਚਰਚਾ ਦੇ ਵਿੱਚ ਤਬਦੀਲ ਕਰਦੇ ਨੇ। ਕੱਲ ਨੂੰ ਕਿਸੇ ਨਵੇਂ ਵਿਸ਼ੇ ਦੇ ਨਾਲ ਫੇਰ ਰੂਬਰੂ ਹੋਵਾਂਗੇ, ਉਦੋਂ ਤੱਕ ਮੈਨੂੰ ਦਿਓ ਆਗਿਆ, ਸਤਿ ਸ੍ਰੀ ਅਕਾਲ। ਚਰਚਾ।